जावन टीवी देख रहे सारे दर्शकों का निघा स्वागत। मैं हाँ नवजोत कौर, मेरे नाल ने बलविंदर सिंह पंगू जी। सो अज खास मकसद के तहत एक बार फिर जुड़े हैं क्योंकि गलबात अज करांगे पंजाब विधानसभा चोणां लाइव अपडेट्स उहदे संबंधी। असी अज स्टूडियो दे विच पहुंचे हाँ गलबात करन दे लई क्योंकि कोशिश यह रहिंदी है कि जिथे पंगू साहब दे नाल मिलके असी वख वख मुद्दे के उत्ते झात पाते रहते हैं। अज पंगू साहब मकसद अलग है स्टूडियो दे विच जुड़न का। सो एक बार स्टूडियो दे विच असी तुहाडा स्वागत करते हैं। दर्शकों दस दिए तुम भी साड़ी इस चर्चा का हिस्सा बन सकते हो। पंजाब विधानसभा चोणां 2022 सो इस दे तहत तुसी पंजाबन टीवी दे ऑफिशियल फेसबुक पेज दे इस उपर असी इस समय लाइव बने हुए हैं। पंगू साहब ते मैं गलबात करांगे पंजाब विधानसभा चोणां दे विच किस तरीके दे नाल सियासी समीकरण बदल रहे ने, किहड़ियां किहड़ियां पार्टियां अगे आ रही ने, की कुछ नवा चल रहा, ये बारे गलबात करांगे। पंगू साहब जिथे चलंत मामलों के माहर ने उत्थे नेड़े तो वाह वास्ता रखते हैं राजनीति दे नाल जुड़िया ना सारिया चीज़ों के नाल। सो असी अज का जिहड़ा समीकरण है उन्होंने समझण की कोशिश करते हैं। पंगू साहब, पंगू साहब जो गल करते हैं सियासी समीकरणों की, कितना देख रहे हो कि जो हौली हौली समा नेड़े आ रहा चोणों का, 20 फरवरी का दिन बहुत थोड़े रह गए, तकरीबन 22-23 ਇੰਨੇ ਦਿਨ ਰਹਿ ਗਏ ਆ, ਕਿੱਦਾਂ ਕਿੱਦਾਂ ਸਮੀਕਰਨ ਜਿਹੜੇ ਉਹ ਬਦਲ ਰਹੇ, ਕਿੱਦਾਂ ਕਿੱਦਾਂ ਪਾਰਟੀਆਂ ਦਾ ਪੇਚ ਖੇਡ ਰਹੀਆਂ ਆ। ਦੇਖੋ ਜੀ, ਇਹ ਜਿਹੜੀਆਂ ਚੋਣਾਂ ਆ ਪੰਜਾਬ ਵਿਧਾਨ ਸਭਾ ਦੀਆਂ ਜੀ, ਤੇ ਇਹ ਇੱਕ ਸਿਆਸੀ ਆਗੂਆਂ ਨੂੰ ਟੌਣਕ ਮਿਲਦੀ ਹੁੰਦੀ ਹੈ ਕਿ ਜਿਹੜੇ ਬਿਮਾਰ ਹੁੰਦੇ ਉਹ ਵੀ ਠੀਕ ਹੋ ਜਾਂਦੇ ਚੋਣਾਂ ਦੇ ਕੁੱਦਦੇ ਆ, ਕਿਉਂ ਉਹਨਾਂ ਦਾ ਕੈਰੀਅਰ ਇਹਨਾਂ ਚੀਜ਼ਾਂ ਚੋਣਾਂ 'ਤੇ ਹੁੰਦਾ। ਪਹਿਲੀਆਂ ਚੋਣਾਂ ਨਾ ਉਹ ਅਤੇ ਹੁਣ ਦੀਆਂ ਚੋਣਾਂ ਨੂੰ ਫਰਕ ਇਹ ਆ ਕਿ ਉਦੋਂ ਦੋ ਪਾਰਟੀਆਂ ਮੇਨ ਹੁੰਦੀਆਂ ਸੀ ਜੀ, ਜਾਂ ਨਿੱਕੀਆਂ ਕਮਿਊਨਿਸਟ ਪਾਰਟੀਆਂ ਹੁੰਦੀਆਂ ਸੀ। ਹੁਣ ਤਾਂ ਘੱਟੋ ਘੱਟ 5-6 ਪਾਰਟੀਆਂ ਜਿਹੜੀਆਂ ਬਣ ਗਈਆਂ, ਉਹ ਸਮੀਕਰਨਾਂ ਨੂੰ ਹੁਣ ਸਮੀਕਰਨਾਂ ਬਿਲਕੁਲ ਵੱਖਰੀਆਂ ਬਣ ਗਈਆਂ। ਤੇ ਜਿਹੜੀਆਂ ਹੁਣ ਪਾਰਟੀਆਂ ਬਦਲ ਗਈਆਂ ਜਿਹੜੀਆਂ, ਆਪਾਂ ਨੂੰ ਕੀ ਅੱਜ ਦੀ ਸਿਆਸਤ ਕੀ ਇਹ ਦੱਸਦੀ ਹੈ ਇਸ ਵਾਰ ਦੀ ਜਿਹੜੀ ਪਿਛਲੇ ਸਾਲਾਂ ਤੋਂ ਵੱਖਰੀ ਹੈ, ਕਿ ਲੋਕ ਜਿਹੜੇ ਇਸ ਵਾਰ ਲੋਕ ਬੜਾ ਸ਼ਸ਼ੂ ਪੰਜ ਜਿਹਾ ਦੇ ਵਿੱਚ ਆ। ਲੋਕਾਂ ਨੂੰ ਇਹ ਲੱਗਦਾ ਕਿ ਪਹਿਲਾਂ ਤਾਂ ਮੇਰੇ ਕੋਲ ਇਹੀ ਸੀਗਾ ਕਿ ਮੈਂ 5 ਸਾਲ ਇਸ ਵਾਰ ਅਕਾਲੀਆਂ ਨੂੰ ਵੋਟ ਪਾਤੀ, ਅਗਲੀ ਵਾਰ ਮੈਂ ਕਾਂਗਰਸ ਨੂੰ ਵੋਟ ਪਾਉਣੀ ਹੈ, ਫਿਰ ਅਕਾਲੀ ਆ ਗਏ, ਫਿਰ ਕਾਂਗਰਸ ਪਾ ਗਏ, ਕਈ ਵਾਰ ਚੀਜ਼ਾਂ ਰਿਪੀਟ ਵੀ ਹੋ ਜਾਂਦੀਆਂ ਸੀਗੀਆਂ। ਪਰ ਇਸ ਵਾਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਨੇ ਉਹ ਕਨਫਿਊਜ਼ ਨੇ, ਅਤੇ ਜਾਂ ਫਿਰ ਕ੍ਰਿਸਟਲ ਕਲੀਅਰ ਆ ਉਹਨਾਂ ਦੀ ਨਜ਼ਰ ਦੇ ਸਾਰਾ ਕੁਝ? ਦੇਖੋ ਜੀ, ਜਿਸ ਤਰ੍ਹਾਂ ਸਮੀਕਰਨਾਂ ਪਹਿਲਾਂ ਬਦਲੀਆਂ, ਪਹਿਲੇ ਦੇ ਲੀਡਰ ਸੀ ਲੋਕਾਂ ਨੂੰ ਮੂਰਖ ਬਣਾਉਂਦੇ, ਅਤੇ ਹੁਣ ਜਿਹੜੇ ਲੋਕ ਹੈ ਜਿਹੜੇ ਲੀਡਰਾਂ ਨੂੰ ਮੂਰਖ ਬਣਾ ਰਹੇ, ਉਹ ਕਹਿੰਦੇ ਇਹਨਾਂ ਸਾਨੂੰ ਦੇਣਾ ਤਾਂ ਕੋਈ ਨਹੀਂ, ਸਾਰਿਆਂ ਕਹਿੰਦੇ ਤੁਹਾਨੂੰ ਪਾ ਦੇਵਾਂਗੇ ਵੋਟ ਮਗਰੋਂ ਲੱਥੋ ਜੀ, ਮਤਲਬ ਇਹ ਨੌਬਤ ਆ ਗਈ ਆ। ਅਤੇ ਪਹਿਲੀਆਂ ਸਮੀਕਰਨਾਂ ਇੱਦਾਂ ਦੀਆਂ ਸੀ ਕੋਈ ਪਾਰਟੀ ਦੀ ਵਿਚਾਰਧਾਰਾ 'ਤੇ ਟਿੱਕੀਆਂ, ਹੁਣ ਵਿਚਾਰਧਾਰਾ 'ਤੇ ਖਤਮ ਹੋ ਗਈ, ਕੁਰਸੀ ਦਿਖਦੀ ਆ, ਸਦਾ ਦਿਖਦੀ ਆ, ਉਹ ਬਾਈ ਹੁੱਕ ਜਾਂ ਬਾਈ ਕਰੁੱਕ ਕਿਸੇ ਤਰ੍ਹਾਂ ਪ੍ਰਾਪਤ ਕਰਦੀ। ਜਦੋਂ ਅਸੀਂ ਲੋਕਾਂ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਦੇਖਿਆ ਹੋਏਗਾ ਪਿਛਲੇ ਦਿਨ ਸੁਪਰੀਮ ਕੋਰਟ ਦਾ ਵੀ ਬਿਆਨ ਆ ਗਿਆ 2 ਦਿਨ ਪਹਿਲਾਂ, ਕਿ ਜਿਹੜੇ ਵੱਖ ਵੱਖ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਵੱਲੋਂ ਜਿਹੜੇ ਇੱਕ ਲੁਭਾਵਣੇ ਔਫਰ ਦਿੱਤੇ ਜਾਂਦੇ ਆ ਕਿ ਮੈਂ ਤੁਹਾਨੂੰ ਅਸੀਂ 1000 ਰੁਪਈਆ ਦੇ ਦਾਂਗੇ ਅਕਾਊਂਟ 'ਚ, 2000 ਰੁਪਈਆ ਦੇ ਦੇਵਾਂਗੇ, ਮੁਫ਼ਤ ਦੀਆਂ ਚੀਜ਼ਾਂ, ਮੁਫ਼ਤ ਦੀ ਬਿਜਲੀ, ਮੁਫ਼ਤ ਦਾ ਪਾਣੀ, ਫਿਰ ਤੁਹਾਡੇ ਬਿਜਲੀ ਦੇ ਬਿੱਲ, ਬਹੁਤ ਕੁਛ ਗੱਲਾਂ ਜਿਹੜੀਆਂ ਪਿਛਲੇ ਦਿਨ ਕੁਛ ਪਾਰਟੀਆਂ ਦੇ ਵੱਲੋਂ ਕੀਤੀਆਂ ਗਈਆਂ। ਉਹਦੇ 'ਤੇ ਜਿਹੜਾ ਸਖ਼ਤ ਨੋਟਿਸ ਲਿਆ ਸੁਪਰੀਮ ਕੋਰਟ ਨੇ, ਉਹਨੇ ਕਿਹਾ ਕਿ ਜਿਹੜਾ ਬਜਟ ਜਦੋਂ ਸਾਡਾ ਆਉਂਦਾ ਆ ਉਸ ਬਜਟ ਦੇ ਵਿੱਚ ਚੋਣਾਂ ਦੇ ਸਮੇਂ ਜਿਹੜੀਆਂ ਪਾਰਟੀਆਂ ਆਪਣਾ ਸਿਆਸੀ ਲਾਹਾ ਲੈਣ ਦੇ ਇੱਦਾਂ ਦੇ ਵਾਅਦੇ ਕਰ ਦਿੰਦੀਆਂ, ਉਹ ਤਾਂ ਸਾਡੇ ਅਸਲ ਬਜਟ ਤੋਂ ਵੀ ਕਿਤੇ ਉੱਪਰ ਚਲੇ ਜਾਂਦਾ, ਫਿਰ ਉਹ ਚੀਜ਼ਾਂ ਇੰਨੀ ਜਿਹੜੀ ਸ਼ਿੱਦਤ ਦੇ ਨਾਲ ਇਹ ਪਾਰਟੀਆਂ ਕਿੱਦਾਂ ਅਨਾਊਂਸ ਕਰ ਦਿੰਦੀਆਂ ਜਦ ਪਤਾ ਕਿ ਬਜਟ ਦਾ ਕੋਈ ਪਲੈਨ ਹੀ ਨਹੀਂ ਹੋਇਆ ਅਜੇ? ਮੈਡਮ ਜੀ, ਦੇਖੋ ਜੀ, ਇਹ ਵੀ ਇੱਕ ਅਧਿਕਾਰ ਆ ਕਿ ਅਸੀਂ ਚੋਣਾਂ ਲੜਨੀਆਂ ਅਤੇ ਲੋਕਾਂ ਦੇ ਸਾਹਮਣੇ ਕੀ ਆਪਾਂ ਦੱਸੀਏ ਕਿ ਕੀ ਕਰਾਂਗੇ। ਸੁਪਰੀਮ ਕੋਰਟ ਸਾਡੀ ਮਾਂ, ਜੋ ਸੁਪਰੀਮ ਕੋਰਟ ਜਿਹੜੀ ਹੈ ਨਾ, ਜਾਂ ਕੋਰਟਸ ਦੂਜੀਆਂ, ਮੈਂ ਕਹਿੰਦਾ ਜੇ ਇਹ ਨਾ ਹੁੰਦੀਆਂ ਤਾਂ ਸਾਡੇ ਲੀਡਰਾਂ ਨੇ ਦੇਸ਼ ਹੀ ਵੇਚ ਕੇ ਖਾ ਜਾਣਾ। ਤੁਸੀਂ ਦੇਖੋ ਹਰ ਥਾਂ 'ਤੇ ਸੁਪਰੀਮ ਕੋਰਟ ਜਿਹੜੀ ਆ ਉਹ ਇੰਟਰਫੀਅਰ ਕਰਕੇ ਸਿੱਧੇ ਰਸਤੇ ਪਾਉਂਦੀ ਆ ਇਹਨਾਂ ਲੀਡਰਾਂ ਨੂੰ ਜੀ। ਇਹਦੇ ਵਿੱਚ ਵੀ ਕਿ ਇੰਨੇ ਕੁ ਇਹ ਪਾਰਟੀਆਂ ਜਿਹੜੀਆਂ ਆਪਣੇ ਦੇ ਦਿੰਦੀਆਂ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ, ਅਤੇ ਉਹ ਜਿਹੜੇ ਵਫਾ ਨਹੀਂ ਹੁੰਦੇ, ਅਤੇ ਕਿਸੇ ਬੰਦੇ ਨੇ ਜਾ ਕੇ ਉਹਦੇ ਵਿੱਚ ਰਿੱਟ ਪਾ ਦਿੱਤੀ ਕਿ ਇਹ ਜਿਹੜਾ ਕੰਮ ਜਿਹੜਾ ਆ ਕਿ ਇੰਨਾ ਕੁ ਤਾਂ ਜਿੰਨੇ ਕੁ ਦੇ ਵਾਅਦੇ ਕਰਦੇ ਉਹਨਾਂ ਦਾ ਬਜਟ ਨਹੀਂ ਹੈਗਾ, ਇਹਨਾਂ ਕਰਨੇ ਕਿੱਥੋਂ ਆ, ਅਤੇ ਹਰ ਵਾਰੀ ਬਲਫ ਕਰਦੇ ਲੋਕਾਂ ਨਾਲ। ਇਹ ਬੰਦ ਹੋਣਾ ਚਾਹੀਦਾ, ਕਾਨੂੰਨੀ ਇਹਦੇ ਉੱਤੇ ਜਿਹੜੀ ਆ ਰੋਕ ਲੱਗਣੀ ਚਾਹੀਦੀ ਜੀ। ਅਤੇ ਆਪਾਂ ਜਦੋਂ ਪੰਗੂ ਸਾਹਿਬ ਹੁਣ ਗੱਲ ਸਮਝਣ ਦੀ ਖੋਜ ਕੋਸ਼ਿਸ਼ ਕਰਦੇ, ਜਦੋਂ ਸਿਆਸੀ ਸਮੀਕਰਨ ਦੀ ਗੱਲ ਕਰਦੇ ਹਾਂ ਅਸੀਂ ਵਿਧਾਨ ਸਭਾ ਚੋਣਾਂ 'ਚ ਕੀ ਕੁਛ ਨਵਾਂ ਵਾਪਰ ਰਿਹਾ, ਅਤੇ ਉੱਥੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀਆਂ ਵੱਖ ਵੱਖ ਪਾਰਟੀਆਂ ਨੇ ਉਹਨਾਂ ਵੱਲੋਂ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ, ਹਰ ਇੱਕ ਇਲਾਕੇ ਦੇ ਉੱਤੇ ਆਪਣੀ ਪਕੜ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਉਦਾਹਰਨ ਦੇ ਤੌਰ 'ਤੇ ਲੈ ਕੇ ਚੱਲਦੇ ਹਾਂ ਕਿ ਹੁਣ ਕੁਛ ਨਾਮ ਨੇ ਸਾਡੇ ਕੋਲ ਬਟਾਲੇ ਤੋਂ, ਪਹਿਲਾਂ ਨਾਮ ਆਉਂਦਾ ਬੀਜੇਪੀ ਨੇ ਜਿਹੜਾ ਕੱਲ੍ਹ ਨਵੀਂ ਲਿਸਟ ਕੱਢੀ ਹੈ ਫਤਿਹ ਜੰਗ ਬਾਜਵਾ ਦਾ, ਅਤੇ ਉਹ ਬੀਜੇਪੀ 'ਚ ਹੈ, ਭਰਾ ਉਹਦਾ ਜਿਹੜਾ ਕਾਦੀਆਂ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਉਹ ਕਾਂਗਰਸ ਪਾਰਟੀ ਹੈ।
ਕਿੱਦਾਂ ਦੀ ਟੱਕਰ ਦੇਖ ਰਹੇ ਹੋ ਇਸ ਇਲਾਕੇ ਦੇ ਵਿੱਚ ਦੋਨਾਂ ਭਰਾਵਾਂ ਦੇ? ਦੇਖੋ ਜੀ, ਇਹ ਤੇ ਅਧਿਕਾਰ ਦੋਵਾਂ ਨੂੰ ਹੈਗਾ ਕਿਸੇ ਪਾਰਟੀ 'ਚ ਜਾਣ, ਕਿਸੇ ਪਾਰਟੀ 'ਚ ਆਉਣ, ਕਿਤੋਂ ਇਲੈਕਸ਼ਨ ਲੜਨ। ਪਰ ਜਿਹੜੀ ਗੱਲ ਇਹ ਆ ਕਿ ਜਿਹੜੀਆਂ ਪਾਰਟੀਆਂ, ਮੈਂ ਕਹਿੰਦਾ ਕਿ ਜਿਹੜਾ ਭਾਵੇਂ ਬੋਕਸੀ ਕੀਤਾ ਆ ਆਮ ਆਦਮੀ ਪਾਰਟੀ ਨੇ ਸੀਐਮ ਦਾ, ਇਹ ਤਰ੍ਹਾਂ ਇਲਾਕੇ ਦੇ ਜਿਹੜੇ ਵੋਟਰ ਆ ਉਹ ਆਪਣਾ ਨੁਮਾਇੰਦਾ ਚੁਣ, ਉਹਦੀ ਜਿਹੜੀ ਆ ਫਿਲੋਸਫੀ ਦੇਖਣ, ਉਹਦੀ ਵਿਚਾਰਧਾਰਾ ਦੇਖਣ, ਉਹਦਾ ਕਰੈਕਟਰ ਦੇਖਣ, ਅਤੇ ਉਹ ਕਹਿਣ ਕਿ ਸਾਡੇ ਸਾਡੇ ਜਿਹੜਾ ਆ ਇਹ ਉਮੀਦਵਾਰ ਜਿਹੜਾ ਹੋਣਾ ਚਾਹੀਦਾ। ਅਤੇ ਇਹ ਜਿਹੜੀਆਂ ਪਾਰਟੀਆਂ ਆ ਇਹ ਥੋਪਦੀਆਂ ਅਗਲਿਆਂ 'ਤੇ, ਇਹੋ ਪਿਛਲੇ ਸਾਲ ਕਰਦੀਆਂ ਤੋਂ ਅਸੀਂ ਕਾਂਗਰਸ ਪਾਰਟੀ ਵੱਲੋਂ, ਅਤੇ ਐਤਕੀ ਇਹ ਬਟਾਲੇ ਤੋਂ ਆ ਜੀ, ਨਾ ਜਗ੍ਹਾ ਬਦਲ ਲਈ, ਵਿਚਾਰਧਾਰਾ ਬਦਲ ਲਈ, ਅਤੇ ਲੋਕਾਂ ਦਾ ਕੀ ਫਾਇਦਾ ਕਰਨਗੇ? ਬਿਲਕੁਲ, ਕਿਉਂਕਿ ਇਹ ਚੀਜ਼ਾਂ ਕਿਤੇ ਫਿਰ ਉਹੀ ਗੱਲ ਬਾਰ ਬਾਰ ਆਉਂਦੀ, ਕਿਉਂਕਿ ਲੋਕਾਂ ਨੇ ਜਦੋਂ ਵੋਟ ਪੰਗੂਸਾ ਪਾਉਣੀ ਹੈ ਅਤੇ ਉਦੋਂ ਉਹ ਚੀਜ਼ਾਂ ਸਾਡੇ ਧਿਆਨ 'ਚ ਬਾਰ ਬਾਰ ਇਹ ਚੀਜ਼ਾਂ ਆਉਂਦੀਆਂ ਕਿ ਹੁਣ ਦੋ ਭਰਾ ਇੱਕੋ ਪਰਿਵਾਰ ਦੇ ਦੋ ਮੈਂਬਰ ਵੱਖ ਵੱਖ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਆ, ਇੱਕ ਬੀਜੇਪੀ ਨੂੰ ਸਪੋਰਟ ਕਰੀ ਜਾਂਦਾ, ਦੂਜਾ ਕਾਂਗਰਸ ਨੂੰ ਸਪੋਰਟ ਕਰੀ ਜਾਂਦਾ, ਅਤੇ ਹੁਣ ਲੋਕ ਕਿਹਦੀ ਫਿਲੋਸਫੀ ਦੇ ਉੱਤੇ ਚੱਲਣ, ਇਸੇ ਤਰੀਕੇ ਦੇ ਨਾਲ ਦੂਜੀ ਜਿਹੜੀ ਅਹਿਮ ਸੀਟ ਹੈ ਲੰਬੀ ਹਲਕੇ ਤੋਂ, ਲੰਬੀ ਹਲਕੇ ਤੋਂ ਵੀ ਬੀਜੇਪੀ ਨੇ ਜਿਹੜਾ ਆਪਣਾ ਇੱਕ ਰਾਕੇਸ਼ ਢੀਂਗਰਾ ਜਿਹੜਾ ਉਮੀਦਵਾਰ ਹੈ ਉਹ ਉਤਾਰਿਆ, ਅਤੇ ਇੱਧਰ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਨੇ ਉੱਥੋਂ ਫਿਰ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਤਾਰ ਦਿੱਤਾ, ਹਾਲਾਂਕਿ ਉਮਰ ਦਰਾਜ਼ ਹੋ ਚੁੱਕੇ ਨੇ, ਉੱਥੇ ਕਿਵੇਂ ਟਾਕਰਾ ਦੇਖ ਰਹੇ ਉਹਨਾਂ ਦਾ ਆਪਸ? ਮੈਡਮ ਜੀ, ਸਾਡੇ ਪਰਿਵਾਰਵਾਦ ਬਹੁਤ ਭਰ, ਹੁਣ ਵੀ ਜਿਹੜੇ ਕਾਂਗਰਸ ਪਾਰਟੀ ਨੇ ਉਹਦੇ ਜਿਹੜੇ ਆ ਜੀ ਆਪਣੇ ਜਿਹੜੇ ਪਹਿਲੇ ਉਹਨਾਂ ਦੇ ਸੀਨੀਅਰ ਲੀਡਰ ਸੀ ਉਹਨਾਂ ਦੇ ਬੇਟੇ, ਉਹਨਾਂ ਦੇ ਜਵਾਈ, ਮਤਲਬ ਇੱਦਾਂ ਹੀ ਤਾਰ ਦਿੱਤੇ ਆ। ਤੁਸੀਂ ਲੰਬੀ ਦੀ ਗੱਲ ਕਿ ਇੱਕ ਤੁਸੀਂ ਪੀਆਂ ਤੋਂ ਲੈ ਕੇ IAS ਅਫਸਰ ਤੱਕ ਕੋਈ ਰਿਟਾਇਰਮੈਂਟ ਦੀ ਉਮਰ ਆ ਕਿ ਤੁਸੀਂ ਇੰਨਾ ਚਿਰ ਕੰਮ ਕਰ ਸਕਦੇ, ਇੰਨੇ ਇੰਨੇ ਜੋ ਇੰਨੇ ਚਿਰ ਹੀ ਆ ਤੁਸੀਂ ਕਰ ਸਕਦੇ, ਅਤੇ ਸਿਆਸਤ ਦੇ ਵਿੱਚ ਕੋਈ ਉਮਰ ਹੀ ਨਹੀਂ। 94 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਹ ਜਿਹੜੇ ਆ 94 ਸਾਲ ਦੀ ਉਮਰ 'ਚ ਇਲੈਕਸ਼ਨ ਲੜ ਰਹੇ ਆ। ਦੂਜੀ ਗੱਲ ਇਹ ਕਿ ਇੱਕ ਇਸ ਪਰਿਵਾਰ ਦੇ ਕੋਲ ਪੰਜਾਬ ਸਾਂਭਿਆ ਜਾਣਾ, ਬਾਕੀ ਹੋਰ ਕੋਈ ਸਾਂਭ ਨਹੀਂ ਸਕਦਾ। ਇਹ ਬਾਜਵਾ ਪਰਿਵਾਰ ਵੀ ਦੇਖ ਲਓ, ਦੋਵੇਂ ਭਰਾ, ਉਹ ਜਿਹੜੀ ਸਾਡੀ ਡੈਮੋਕ੍ਰੇਸੀ ਕਹਿੰਦੀ ਆ ਇਹ ਤੇ ਹਰ ਬੰਦੇ ਨੂੰ ਕਿ ਇਹ ਪਰਿਵਾਰਵਾਦ ਜਿਹੜਾ ਭਾਰੂ ਹੋ ਗਿਆ ਆ, ਇਹ ਅਲਾਈਟ ਕਹਿੰਦੇ ਉਹਨਾਂ ਨੂੰ, ਕਿ ਆਪਾਂ ਤਾਂ ਕਿਹਾ ਸੀ ਕਿ ਜਿਹੜੇ ਵੋਟਾਂ ਪਾ ਕੇ ਸਾਡੇ ਰਾਜੇ ਚੁਣੇ ਜਾਣਗੇ, ਪਰ ਇਹ ਫਿਰ ਪਰਿਵਾਰ ਦੇ ਵਿੱਚੋਂ ਚੁਣੇ ਜਾ ਰਹੇ। ਇਹ ਜਦੋਂ ਫਿਰ ਆਪਾਂ ਲੰਬੀ ਹਲਕੇ ਦੀ ਇਸ ਸੀਟ ਦੀ ਗੱਲ ਕਰਦੇ ਹਾਂ ਵਿਧਾਨ ਸਭਾ ਚੋਣਾਂ ਦੇ ਵਿੱਚ, ਤਾਂ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮਰਿਆ, ਉਹਨਾਂ ਨੂੰ ਅੱਕ ਜਿਹੜਾ ਚੱਬਣਾ ਪੈ ਰਿਹਾ, ਮਰਿਆ ਸੱਪ ਗਲੇ ਪਾਉਣਾ ਪੈ ਰਿਹਾ, ਕਿਉਂਕਿ ਆਪਸ਼ਨ ਹੀ ਕੋਈ ਨਹੀਂ? ਕਿਉਂਕਿ ਲੰਬੀ ਹਲਕੇ ਤੋਂ ਜੇ ਆਪਾਂ ਕਾਂਗਰਸ ਨੂੰ ਵੀ ਦੇਖੀਏ, ਆਮ ਆਦਮੀ ਪਾਰਟੀ ਨੂੰ ਵੀ ਦੇਖੀਏ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦੇਖੀਏ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਲੋਕ ਕਾਂਗਰਸ ਦੀ ਵੀ ਆਪਾਂ ਗੱਲ ਕਰਦੇ ਹਾਂ, ਇਹ 4-5 ਜਿਹੜੀਆਂ ਪਾਰਟੀਆਂ ਆ, ਤੁਹਾਨੂੰ ਕੀ ਲੱਗਦਾ ਕਿ ਇਸ ਸਮੇਂ ਕਿਹੜਾ ਚਿਹਰਾ ਉੱਥੇ ਬੈਨੀਫਿਟ ਲੈ ਸਕਦਾ? ਦੇਖੋ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ, ਸਿਆਸਤ ਦੇ ਬਾਬਾ ਬੁੜ ਕਹਿ ਜਾਂਦੇ ਆ। ਅਜੇ ਤੱਕ ਵੀ ਜਿਹੜਾ ਨਾ ਸੁਖਬੀਰ ਦੇ ਵਿੱਚ ਉਹ ਸਾਰੇ ਗੁਣ ਜਿਹੜੇ ਨਹੀਂ ਆਏ, ਸੁਖਬੀਰ ਜੇ ਨਹੀਂ ਖੜਾ ਕਰਦੇ ਨਾ ਲੋਕਾਂ ਦੇ ਮਨ 'ਚ ਸੁਖਬੀਰ ਬਾਦਲ, ਜੋ ਸੁਖਬੀਰ ਬਾਦਲ ਦੇ ਵਿੱਚ ਲੋਕਾਂ ਨੇ ਵਿਸ਼ਵਾਸ ਉਨਾ ਨਹੀਂ ਕਰਨਾ ਜਿੰਨਾ ਪ੍ਰਕਾਸ਼ ਸਿੰਘ ਬਾਦਲ 'ਤੇ ਕਰਦੇ, ਉਹਦਾ ਜਿਹੜਾ ਸਿਆਸੀ ਬੈਨੀਫਿਟ ਆ ਉਹ ਜਿੱਤੇ ਹਾਰੇ ਅਬਲ 'ਤੇ, ਕਿਉਂਕਿ ਉਹ ਬਜ਼ੁਰਗ ਆ, ਲੋਕਾਂ ਨੇ ਫਿਰ ਵੋਟਾਂ ਪਾ ਦੇਣੀਆਂ ਇਹਨੇ ਮੁੱਖ ਮੰਤਰੀ ਬਣਨਾ, ਪਰ ਬਣਨਾ ਸੁਖਬੀਰ ਬਾਦਲ ਨੂੰ ਬਣਾਉਣ ਖਾਤਰ ਉਹ ਚੋਣ ਲੜ ਰਿਹਾ ਕਿ ਮੇਰਾ ਜਿਹੜਾ ਸਿਆਸੀ ਪ੍ਰਭਾਵ ਜਿਹੜਾ ਆ ਉਹਦਾ ਫਾਇਦਾ ਜਿਹੜਾ ਸੁਖਬੀਰ ਬਾਦਲ ਲਵੇ। ਅਗਲੀ ਇੱਕ ਹੋਰ ਮਹੱਤਵਪੂਰਨ ਸੀਟ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਬੀਜੇਪੀ ਦੀ, ਰਣਦੀਪ ਸਿੰਘ ਦਿਓਲ, ਉਹਨਾਂ ਨੇ ਇਹ ਚਿਹਰਾ ਉਤਾਰਿਆ ਧੂਰੀ ਦੇ ਉੱਤੋਂ, ਅਤੇ ਜਦੋਂ ਅਸੀਂ ਧੂਰੀ ਤੋਂ ਅਗਲੇ ਪਾਰਟੀ ਦੇ ਉਮੀਦਵਾਰ ਦੀ ਗੱਲ ਕਰਦੇ ਹਾਂ, ਉੱਥੇ ਹੈਗੇ ਆ ਜਿਹੜੇ CM ਦਾ ਚਿਹਰਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਹੈ, ਟੱਕਰ ਕਿੱਦਾਂ ਦੀ ਦੇਖ ਰਹੇ ਹਾਂ ਆਪਸ ਦੇ ਵਿੱਚ ਇਹਨਾਂ ਦੀ, ਅਤੇ ਭਗਵੰਤ ਮਾਨ ਦਾ ਆਪਣਾ ਇਲਾਕਾ ਹੋਣ ਦੇ ਬਾਵਜੂਦ ਤੁਹਾਨੂੰ ਕੀ ਲੱਗਦਾ ਹਾਂ ਪ੍ਰਭਾਵ ਉਹਨਾਂ ਦਾ ਜ਼ਿਆਦਾ ਜਾਂ ਫਿਰ ਬੀਜੇਪੀ ਹਾਵੀ ਹੈ? ਕਿਉਂਕਿ ਬੀਜੇਪੀ ਜਿਹੜਾ ਆ ਉਹਨੇ ਵੀ ਜਿਹੜਾ ਬੰਦਾ ਖੜਾ ਕੀਤਾ ਆਪਣਾ ਭਗਵੰਤ ਮਾਨ, ਜਿਹੜਾ ਇੱਕ ਚੋਣਾਂ ਲੜਨੀਆਂ ਆ ਗਈਆਂ, ਕਿਉਂ ਜਦੋਂ MP ਵੀ ਜਿੱਤਿਆ ਉਹ ਇਕੱਲਾ ਜਿੱਤਿਆ, ਬਾਕੀ ਸਾਰੇ ਹਾਰ ਗਏ, ਜੇ ਉਹ MLA ਵੀ ਅਤੇ ਦੂਜਾ ਉੱਥੇ ਉਹਨੂੰ ਬੈਨੀਫਿਟ ਇਹ ਮਿਲਣਾ ਭਗਵੰਤ ਮਾਨ ਨੂੰ ਜੀ ਕਿ ਜਿਹੜਾ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਕਰ ਦਿੱਤਾ। ਮੈਂ ਜਦੋਂ ਉਹਨੂੰ ਚੁਣਿਆ ਗਿਆ ਉਹ ਇਲਾਕੇ ਦੀਆਂ ਵੀਡੀਓ ਦੇਖੀਆਂ, ਲੋਕ ਬੜੀ ਖੁਸ਼ ਸੀ, ਸਾਡੇ ਇਲਾਕੇ ਦਾ ਜਿਹੜਾ ਬੜਾ ਮਾਣ ਹੁੰਦਾ CM ਦਾ ਚਿਹਰਾ, ਇਸ ਕਰਕੇ ਇਹਦੇ ਕਰਕੇ ਭਗਵੰਤ ਮਾਨ ਜਿਹੜਾ ਆ ਉਹਦੇ ਚਾਂਸ ਜ਼ਿਆਦੇ। ਜਦੋਂ ਅਸੀਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਧੂਰੀ ਇਲਾਕੇ ਤੋਂ, ਉਹ ਰਣਦੀਪ ਸਿੰਘ ਦਿਓਲ ਨੇ ਜਿਹੜੇ BJP ਦੇ, ਜਿਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਉੱਥੋਂ ਉਹਨਾਂ ਦਾ ਉਮੀਦਵਾਰ ਉਤਾਰਿਆ, ਪੰਜਾਬ ਲੋਕ ਕਾਂਗਰਸ ਦੇ ਨਾਲ ਗੱਠਜੋੜ ਹੈ ਇਸ ਵਾਰ BJP ਦਾ, ਸੋ ਕੈਪਟਨ
बीजेपी ते सुखदेव सिंह ढींसा इन्हां तिन्नां पार्टियां ने गठजोड़ किया ते पंजाब लोक कांग्रेस नां दी पार्टी है जिहदे विच रणदीप सिंह दिओल धूरी दे उम्मीदवार रखे गए ने। भगवंत सिंह भगवंत मान की जदों गल करदे उत्थों लगदा कि लोग उन्हां नूं ज़्यादा हुंगारा जिहड़ा दे रहे ने। फिर जदों क्योंकि सीएम चेहरे की गल चली है तो कल राहुल गांधी जलंधर आए सी उस तो जाने तो बाद जी अज की खबर सामने आई है। हालांकि वो मीडिया रिपोर्टा ने भरोसेयोग सूत्र ने जिन्होंने गल की है कि राहुल गांधी जो पंजाब आए उन्होंने जिस तरीके चरणजीत सिंह चन्नी के नाल लोगों का भी कल का भी रुझान देखिया उन्हों की गलबात देखिया तो वो लगभग मोर जी है चरणजीत सिंह चन्नी के नाते ला चुके हैं क्योंकि वह सीधे का सीधा इस चीज़ को चन्नी को मान के नाल वर्सिज जोड़ के देख रहे कि जो सिद्धू को खड़ा करते हैं तो शायद मान के बराबर वह सीधी सीधी उधर जित वाल चीज़ चले जाएगी तो जे अगर कोई टाकरा दे सकता मान को तो हजे तक वह चन्नी दे सकता। देखो जी कल वो आए आ धार्मिक स्थाना ते गए जी श्री दरबार साहब गए आ दुर्गयाना मंदिर गए आ और राम तीर्थ धार्मिक स्थान ते गए आ जी चंगी गल आ कि चंगी शुरुआत की उन्होंने रब का नाम लैके पर जो मैं साढ़े मुख्यमंत्री जेडे चरणजीत चन्नी ते प्रधान है कांग्रेस के सिद्धू साहब दोवां दे भाषण सुन चन्नी ने कहा मैं जिहड़ा 111 दिनां दे विच करके दिखाया वह दस्सिया उहदे गाड़ी रखिया रोल दे ते जिहड़ा सिद्धू आ उहने कुछ ते कहा साडी सरकार ने आ कीता पर बहुता कहा कि मैं आह पंजाब नूं बणाऊंगा आने वाले समय की प्लानिंग दस्सी है कि फिलहाल वह नहीं दस्सिया। दूजी गल ये आ कि क्योंकि कर सकदा कि मुख्यमंत्री ने करना जो करना ते इह गल आ कि मैं दावे नाल कहिंदा जे उह चन्नी नूं मुख्यमंत्री लांदे आ ते सिद्धू सिद्धू जिहड़ा आ फिर कहना कि मैनू तो फिर केड़ा घोड़ा कहिंदे ओहो घोड़ा कहिंदे आ ते कहण तों भाव आ कि सिद्धू अंदरों नाराज हो जाण। हाँ ये चीज़ जी कि सियासत दे विच क्योंकि जो खास तौर पर गल चलती है कि जी रूसी रन वाला जिहड़ा सी टैग दिंदे आ वो हमेशा जदों दे कांग्रेस के प्रधान बने ने उदों दे वैसे तो उन्होंने मिलता आ पर हुण जदों आपां गल करदे आ कि कांग्रेस का कलेश कितें थम्मण दा नां नहीं लै रहा तो जदों चाहे उन्हां दोनों उम्मीदवारां ने कल राहुल नूं कही आ गल राहुल गांधी नूं कि असीं कोई भी साडे चों उम्मीदवार लाने जांदा तो असीं उहदी सपोर्ट करांगे पर की लगता कि इन्ना जिगरा सिद्धू साहब कढ पाउणगे बहुत क्या नहीं उन्हें करना अंदरों दुखी होना उन्हें पहली गल है कि साड़ी एक तुसी पुछे है कि पंजाब की सियासत का उहदे विच मैं एक गल कहनी चाहुंदा कि सानू हुण एमएलए दी भी नहीं गई हर वोटर नूं उह सीएम वाली देखी जांदे जे भगवंत मान आ उह नहीं जिन्ना चिर ऐलान करदे ते भगवंत मान बन गया ते हुण ऐ शांति हो गई वोटरां नूं इदां ही सुखबीर बादल दा इदां ही जिहड़ा इन्हां दोवां दा मेरे कहण तों भाव आ कि सानू इन्हां दीआं वोटां करा लैंदे बाकी दी लाउण दी लोड़ ही नहीं। बिल्कुल सही और दूजे पासे जदों असीं गल करदे आ नवजोत सिद्धू दी तां नवजोत सिद्धू अगर तुहानूं लगदा कि आपां नूं जिस जो समीकरण बाहर आ रहे ने कि नाराजगी जाहिर करनगे क्योंकि जदों पिछली बारी भी उन्हां दा नाम नहीं सी आया चन्नी नूं उन्हां ने कितें ना कितें अपने हत्थां ते नचाउण दी कोशिश की जदों उह भी काबू नहीं आया फिर तिल मलाहट उन्हां दी बाहर आउणी शुरू होई ते हुण जदों उन्हां दा मान लो नाम 1% आप एक अनुमान लगा के चलते हैं कि उन्होंने नाम कांग्रेस पार्टी वालों डिकलेयर नहीं किया जाता तो फिर की लगता कि जिदा पहले भी तुम्हें याद होएगा कुछ महीने पहला हवा उड़ी सी बार कि सिद्धू कांग्रेस को छड़ भी सकते किसी होर पार्टी भी ज्वाइन कर सकते। देखो जी आप वाल भी इशारे चलते जी कि जो चन्नी अपन कोई शक नहीं चन्नी साहब ने मुख्यमंत्री बन के थोड़े समय बहुत चंगे काम किए अपनी टीम के नाल किए उन्हें अपने भाषण जो कहा मेरी टीम ने पर जिहड़ा सिद्धू साहब आ इहदा ते एक मॉडल दिखाई जा रहा किसी पार्टी टेके नहीं बैठा जी दूजे नंबर ते तो मैं कहना जे इन्हां दे एमएलए मान लो बनने नहीं मैं दावे ने कहना कांग्रेस दे हर हल्के दे विच इन्हां दे दूजियां पार्टियां कोई जोर लाउण दी लोड़ नहीं इन्हां दे अपने हराउंदे आ कोई हलका फोल के देख लो जी ते इह दोवें मुख्यमंत्री बनना चाहुंदे आ ते जे सीएम जिहड़ा चन्नी आ ये ये फायदा हो जाता पंजाब कांग्रेस पार्टी को एस सी वोट जी कांग्रेस में चल जाती है जी तो जिहड़े सिद्धू सिद्धू ने जिन्हें पापड़ वेले आ कैप्टन लौंग दा दे झंडा इन्हें चुकया है उन्हें कहना मैं सब कुछ किया जे मैनू कुछ नहीं दिता तो मैं की करा फिर। हाँ क्योंकि ये हूँ एक चीज़ यह भी है कि आम आदमी पार्टी से अगर वो जाते हैं तो आम आदमी पार्टी का तो सीएम का चेहरा पहले डिसाइड हो चुका
ਕਾਂਗਰਸ ਪੰਜਾਬ ਲੋਕ ਕਾਂਗਰਸ ਕੈਪਟਨ ਦੇ ਨਾਲ ਨਹੀਂ ਮਿਲ ਸਕਦੇ ਜਾ ਕੇ, ਕਿਉਂਕਿ ਕੈਪਟਨ ਨੂੰ ਤਾਂ ਇੱਥੋਂ ਚੁਕਾਉਣ ਵਾਲੇ ਹੀ ਉਹੀ ਨੇ, ਤਾਂ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਪ੍ਰਧਾਨ ਲਗਭਗ ਤੈਅ ਆ ਕਿ ਉੱਥੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਉੱਥੇ, ਅਤੇ ਫਿਰ ਸਿੱਧੂ ਸਾਹਿਬ ਫਿਰ ਦੁਬਾਰਾ ਕਿਤੇ ਨਾ ਕਿਤੇ ਬੈਠ ਕੇ ਕਿਸ ਤਰੀਕੇ ਦੇ ਨਾਲ ਸਿਆਸਤ ਕਰਨਗੇ, ਕਿਸ ਤਰੀਕੇ ਦੇ ਨਾਲ ਉਹ ਆਪਣੇ ਹਾਈ ਕਮਾਨ ਤੱਕ ਆਪਣੇ ਦੁੱਖ ਨੂੰ ਪਹੁੰਚਾਉਣਗੇ, ਕਿਸ ਤਰੀਕੇ ਨਾਲ ਗੱਲ ਕੀਤੇ ਜਾਣਗੇ, ਇਹ ਗੱਲ ਜਿਹੜੀ ਉਦੋਂ ਬਾਹਰ ਹੋਏਗੀ, ਉਹ ਚਰਚਾ ਦਾ ਵਿਸ਼ਾ ਰਹੇਗੀ ਜਦੋਂ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਅਨਾਊਂਸ ਕੀਤਾ ਜਾਏ। ਇਹ ਗੱਲ ਹੋਰ ਵੀ ਆ ਕਿ ਸਿੱਧੂ ਸਾਹਿਬ ਨੇ ਹਰ ਇੱਕ ਨੇ ਵਿਗਾੜੀ, ਕੋਈ ਚੁੱਪ ਕਰਕੇ ਬੈਠਾ, ਕੋਈ ਮਾੜਾ ਮੋਟਾ ਜਵਾਬ ਦੇ ਦਿੰਦਾ, ਕਿ ਉਹਨੇ ਕੋਈ ਲੀਡਰ ਐਸਾ ਨਹੀਂ ਛੱਡਿਆ ਜਿਹਦੇ ਵਿਰੁੱਧ ਨਹੀਂ ਬੋਲਿਆ। ਅੱਜ ਉਹਨਾਂ ਨੇ ਭਾਵੇਂ ਜਿਹਨਾਂ ਦੀਆਂ 10 ਵੋਟਾਂ ਵੀ ਹੋਈਆਂ, ਭਾਵੇਂ 100 ਹੋਈ, ਭਾਵੇਂ 1000 ਹੋਈ, ਇਨਡਾਇਰੈਕਟਲੀ ਪਾਰਟੀ ਤੋਂ ਉੱਪਰ ਕੋਈ ਅੰਡਰਗਰਾਊਂਡ ਇਹਦੀ ਵਿਰੋਧਤਾ, ਇਹਨੂੰ ਹਰਾਉਣ ਹੀ ਜਾਣਾ, ਐਮਐਲਏ ਦੀ ਹਰਾਉਣ ਜਾਣਾ ਇਹ ਮੁੱਖ ਮੰਤਰੀ ਚਾਹੁੰਦਾ, ਜੋ ਮਤਲਬ ਹਾਲਾਤ ਆ। ਆਹ ਸੇਖੜੀ ਸਾਹਿਬ ਦਾ ਮੈਂ ਬਿਆਨ ਪੜ੍ਹਨ ਦਿਆ, ਉਹ ਕਹਿੰਦਾ ਮਜੀਠਾ ਇਹਦਾ ਗੋਲ ਬੇਸਤਾ ਕਰੇ ਉਤੋਰੂਗਾ। ਸੋ ਕਹਿਣ ਤਾਂ ਮੈਂ ਜਿਹੜੇ ਆਪਣਿਆਂ ਦੇ ਨਾਲ ਹੀ ਨੇ ਬਣਾ ਕੇ ਰੱਖੀ, ਕੱਲ੍ਹ ਨੂੰ ਐਮਐਲਏ ਬਣ ਜਾਂਦੇ ਆ, ਮੰਨ ਲਓ ਇਹਨਾਂ ਨੂੰ ਮੈਜੋਰਟੀ ਬਣ ਜਾਂਦੀ ਆ, ਅਤੇ ਵੱਧ ਤੋਂ ਵੱਧ ਐਮਐਲਏ ਜਿਹੜੇ ਚੰਨੀ ਨਾ ਹੋਣੇ, ਇਹਦੇ ਨਾਲ ਘੱਟ ਹੋਣੇ ਜੀ। ਪੰਜਾਬਨ ਟੀਵੀ ਦੇ ਆਫਿਸ਼ੀਅਲ ਫੇਸਬੁੱਕ ਪੇਜ ਦੇ ਉੱਤੇ ਅਸੀਂ ਲਾਈਵ ਬਣੇ ਹੋਏ ਹਾਂ, ਮੇਰੇ ਨਾਲ ਬਲਵਿੰਦਰ ਸਿੰਘ ਪੰਗੂਹਰੀ ਗੱਲਬਾਤ ਕਰ ਰਹੇ ਨੇ, ਵਿਧਾਨ ਸਭਾ ਚੋਣਾਂ ਲਾਈਵ ਅਪਡੇਟਸ 2022, ਕੀ ਸਿਆਸਤ ਦੇ ਵਿੱਚ ਨਵਾਂ ਹੋ ਰਿਹਾ, ਕਿਸ ਤਰੀਕੇ ਦੇ ਨਾਲ ਵੋਟਰ ਜਿਹੜੇ ਨੇ ਉਹਨਾਂ ਨੂੰ ਲੁਭਾਉਣ ਦੇ ਲਈ ਸਿਆਸੀ ਪਾਰਟੀਆਂ ਕੰਮ ਕਰ ਰਹੀਆਂ ਨੇ, ਉਮੀਦਵਾਰਾਂ ਦੇ ਐਲਾਨ ਆ ਰਹੇ ਨੇ, ਬਾਹਰ ਬਿਆਨ ਆ ਰਹੇ ਨੇ, ਅਤੇ ਕਿਸ ਤਰੀਕੇ ਦੇ ਨਾਲ ਅਸੀਂ ਅੱਜ ਦੀ ਇਸ ਸਿਆਸਤ ਨੂੰ ਦੇਖ ਰਹੇ ਹਾਂ, ਕਿਉਂਕਿ ਦਿਨ ਬਹੁਤ ਘੱਟ ਨੇ ਚੋਣਾਂ ਦੇ ਵਿੱਚ। ਨਵਜੋਤ ਸਿੱਧੂ ਦੀ ਗੱਲ ਚੱਲ ਰਹੀ ਸੀ, ਇੱਕ ਹੋਰ ਚੀਜ਼ ਜਿਹੜੀ ਸੁਮਨ ਤੂਰ ਹੈ ਉਹਨਾਂ ਦੀ, ਆਪਣੀ ਸਗੀ ਭੈਣ ਨਵਜੋਤ ਸਿੱਧੂ ਦੀ, ਕਿਤੇ ਨਾ ਕਿਤੇ ਜਦੋਂ ਅਸੀਂ ਗੱਲ ਦੀ ਅਕਸ ਦੀ ਗੱਲ ਕਰਦੇ ਹਾਂ ਇੱਕ ਪਾਸੇ, ਜਾਂ ਜਦੋਂ ਰਾਜਨੀਤੀ ਦੀ ਗੱਲ ਕਰਦੇ ਹਾਂ, ਨਵਜੋਤ ਸਿੱਧੂ ਦਾ ਅਕਸ ਬਹੁਤਾ ਵਧੀਆ ਨਹੀਂ ਹੈਗਾ ਲੋਕਾਂ ਦੇ ਵਿੱਚ, ਜਿਸ ਤਰ੍ਹਾਂ ਦੇ ਬਿਆਨ ਉਹਨਾਂ ਨੇ ਪਿਛਲੇ ਦਿਨਾਂ ਤੋਂ ਦਿੱਤੇ ਲੰਬੇ ਸਮੇਂ 'ਚ, ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਭੰਗੂ ਸਾਹਿਬ ਲਗਾਤਾਰ ਬੋਲਦੇ ਆ। ਹੁਣ ਉਹਨਾਂ ਦੀ ਆਪਣੀ ਸਕੀ ਭੈਣ ਜਿਹੜੀ ਸੁਮਨ ਤੂਰ ਹੈ, ਉਹ ਉਹਨਾਂ ਦੇ ਵਿਰੋਧ ਵਿੱਚ ਖੜੀ ਹੋ ਗਈ ਹੈ, ਪਰਿਵਾਰ ਨੂੰ ਲੈ ਕੇ ਕੁਛ ਨਿੱਜੀ ਗੱਲਾਂ ਨੂੰ ਲੈ ਕੇ ਉਹਨੇ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਹੋਏ। ਹੁਣ ਸਿਆਸਤ ਦੀ ਜਦੋਂ ਗੱਲ ਕਰਦੇ, ਕਾਂਗਰਸ ਪਾਰਟੀ 'ਚ ਫਿਰ ਰੁਤਬੇ ਦੀ ਗੱਲ ਕਰਦੇ ਹਾਂ, ਉਹ ਇਸ ਗੱਲ ਦੇ ਉੱਤੇ ਵੋਟਰਾਂ ਦੇ ਇਸ ਡਿਸਾਈਡ ਕਰਨ ਦੇ ਉੱਤੇ, ਕਿਉਂਕਿ ਉਮੀਦਵਾਰ ਵੀ ਆ ਅੰਮ੍ਰਿਤਸਰ ਤੋਂ, ਕੀ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਇਫੈਕਟ ਵੀ ਉੱਥੇ ਹੋਏਗਾ? ਦੇਖੋ ਜੀ, ਘਰੇਲੂ ਇਫੈਕਟ ਜਿਹੜਾ ਆ ਇਹ ਪੈਂਦਾ, ਅਗਲੇ ਕਹਿੰਦੇ ਤੂੰ ਘਰ ਨਹੀਂ ਸਾਂਭ ਸਕਦਾ ਅਤੇ ਬਾਹਰ ਕੀ ਚੌਧਰ ਕਰਨੀ, ਮੂੰਹ ਤਾਂ ਕਹਿ ਦਿੰਦੇ ਆ। ਬਾਕੀ ਜੇ ਉਹ ਇਕੱਲਾ ਹੀ ਨੀਗਾ, ਮੈਂ ਤਾਂ ਜੋ ਸਮਾਜਿਕ ਤਾਣਾ ਬਾਣਾ ਵਿਗੜ ਗਿਆ ਨਾ, ਇਹ ਘਰ ਘਰ ਦੀ ਕਹਾਣੀ, ਭਰਾ ਭੈਣ ਨਾਲ ਨਹੀਂ, ਮਤਲਬ ਇੱਦਾਂ ਸਾਰਾ ਹੀ ਤਾਣਾ ਬਾਣਾ, ਲਗਭਗ 70-80% ਜਿਹੜਾ ਆ ਇਹ ਸਮਾਜਿਕ ਜਿਹੜੀ ਬਹੁਤ, ਨਹੀਂ ਤਾਂ ਕਈ ਪਹਿਲਿਆਂ ਸਮਿਆਂ ਦੇ ਵਿੱਚ ਇੱਕ ਇੱਕ ਘਰ ਦੇ ਵਿੱਚ 10-10, 50-50 ਬੰਦੇ ਡੱਠੇ ਹੁੰਦੇ, ਇੱਕ ਜੁਆਇੰਟ ਫੈਮਿਲੀਆਂ ਸੀ, ਅਤੇ ਜਿਹੜਾ ਪਰਿਵਾਰ ਦਾ ਇੱਕ ਗੱਲ ਮੁਖੀ ਕਹਿਆ ਹੁੰਦਾ ਸੀ ਨਾ, ਅਤੇ ਦੂਜਾ ਉਹਦੇ ਬੋਲਦਾ ਨਹੀਂ, ਸਾਰੇ ਬੋਲ ਚੜਾ ਦਿੰਦੇ। ਹੁਣ ਇੱਕ ਪਰਿਵਾਰ ਦੇ ਵਿੱਚ ਚਾਹੋਂ ਚਾਹੋਂ ਥਾਵਾਂ 'ਤੇ ਫੈਲਿਆ ਬਾਜਵੇ ਦਾ, ਦੇਖ ਲਓ ਤੁਹਾਡੇ ਸਾਹਮਣੇ ਹੀ ਆ ਕਿ ਭਰਾ ਇੱਕ ਪਟਾਰੀ ਤੋਂ ਲੜਨ ਦਿਆ, ਉਹ ਭਾਜਪਾ ਨੂੰ ਲੜਨ ਦਿਆ, ਦੂਜਾ ਅਕਾਲੀ ਕਾਂਗਰਸ ਨੂੰ ਲੜਨ ਦਿਆ, ਬਿਲਕੁਲ। ਸੋ ਕਹਿਣ ਤੋਂ ਭਾਵ ਆ ਜੇ ਉਹ ਗਿਲੇ ਸ਼ਿਕਵੇ ਆ, ਉਹ ਰੋਂਦੇ ਵੀ ਆ ਦੇਖਿਆ, ਅਤੇ ਕੋਈ ਨਾ ਕੋਈ ਜਿਹੜੇ ਗਿਲੇ ਸ਼ਿਕਵੇ ਸਿੱਧੂ ਨੂੰ ਉਹ ਵੀ ਜਿਹੜੇ ਸੁਧਾਰਨੇ ਚਾਹੀਦੇ, ਆਪਣੇ ਭੈਣ ਭਰਾ ਵਾਲਾ ਰਿਸ਼ਤਾ ਰੱਖਣਾ ਚਾਹੀਦਾ ਜੋ ਕਿ ਜ਼ਰੂਰੀ ਆ। ਜਿਹੜੀ ਸਿਆਸਤ ਆ ਉਹ ਵੱਖਰੀ ਗੱਲ ਆ, ਸਮਾਜਿਕ ਤੌਰ 'ਤੇ ਇਹਨਾਂ ਨੂੰ ਕੋਈ ਜੇ ਕੋਈ ਗਿਲੇ ਸ਼ਿਕਵੇ ਹੈਗੇ ਉਹ ਕੱਢਣੇ ਚਾਹੀਦੇ, ਕਿਉਂਕਿ ਹੁਣ ਵੀ ਜਿਹੜੀ ਆਪਣੇ ਸਾਡੇ ਕੋਲ ਜਿਹੜੀ ਸਿੱਧੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਭੈਣ ਉੱਥੇ ਪ੍ਰੈਸ ਕਾਨਫਰੰਸ ਵੀ ਹੁਣ ਕਰ ਰਹੀ ਹੈ। ਹਾਂਜੀ, ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਚੱਲ ਰਹੀ ਹੈ। ਅੱਛਾ, ਦੂਜੇ ਪਾਸੇ ਇੱਕ ਹੋਰ ਆਪਾਂ ਗੱਲ ਕਰਦੇ ਹਾਂ, ਜਦੋਂ ਬਿਕਰਮਜੀਤ ਸਿੰਘ ਮਜੀਠੀਆ ਦੀ ਫਿਰ ਨਵਜੋਤ ਸਿੱਧੂ ਦੀ ਥੋੜ੍ਹੀ ਜਿਹੀ ਗੱਲ ਕਰ ਰਹੇ ਨੇ, ਅੰਮ੍ਰਿਤਸਰ ਤੋਂ ਸਾਹਮੋ ਸਾਹਮਣੇ ਨੇ ਇਹ ਕਾਰਡ ਖੇਡਿਆ ਗਿਆ ਮਜੀਠੀਆ ਦੇ ਨਾਂ ਦਾ ਇੱਕ ਵਾਰੀ ਫਿਰ ਤੋਂ ਅੰਮ੍ਰਿਤਸਰ ਹਲਕੇ ਦੇ ਵਿੱਚ, ਅਤੇ ਉਹਨਾਂ ਦੇ ਓਪੋਜ਼ਿਟ ਨਵਜੋਤ ਸਿੱਧੂ ਨੇ। ਨਵਜੋਤ ਸਿੱਧੂ ਦੀ ਜਦੋਂ ਕਾਂਗਰਸ ਦੇ ਪ੍ਰਧਾਨ ਬਣੇ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਜਰਨੀ, ਅਤੇ ਮਜੀਠੀਆ ਦਾ ਜਿਹੜਾ ਡਰੱਗ ਕੇਸ ਹੈ ਉਹਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ, ਅਤੇ ਲਗਭਗ ਦੋਨੋਂ ਹੀ ਕਿਸੇ ਨਾ ਕਿਸੇ ਤਰੀਕੇ 'ਚ ਲੋਕਾਂ ਦੇ ਵੋਟਰਾਂ ਦੀ ਲਿਸਟ 'ਤੇ ਹਿੱਟ ਲਿਸਟ 'ਤੇ ਬਣੇ ਹੋਏ ਆ, ਉੱਥੇ ਕੀ ਲੱਗਦਾ ਕਿ ਜਿਹੜਾ ਮੁਕਾਬਲਾ ਅਲੱਗ ਤਰੀਕੇ ਦਾ ਨਹੀਂ ਹੈ ਥੋੜ੍ਹਾ? ਦੇਖੋ ਜੀ, ਉਹ ਮੁਕਾਬਲੇ ਉੱਤੇ ਸਾਰੇ ਪੰਜਾਬ ਦੀਆਂ ਨਹੀਂ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ, ਕਿਉਂਕਿ ਵੀ ਉਹ ਵੀ ਆਪਣਿਆਂ ਨੂੰ ਮਾਝੇ ਦਾ ਜਰਨੈਲ ਝੁਕਾਉਂਦਾ ਮਜੀਠੀਆ ਸਾਹਿਬ ਜੀ, ਅਤੇ ਇਸ ਕਰਕੇ ਇਹ ਵੀ ਕਹਿੰਦਾ ਕਿ ਮੇਰੇ ਵਰਗਾ ਕੋਈ ਜੰਮਿਆ ਹੀ ਨਹੀਂ ਗਾ, ਮੈਂ ਹੀ ਮੈਂ ਹਾਂ ਜੋ ਹੈਗਾ, ਅਤੇ ਉਹ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਅਤੇ ਹੁਣ ਨਿੱਤਰੂ ਬੜੇ ਮੈਂ ਖਾਣੀ, ਇੱਕ ਕਹਾਵਤ ਆ। ਅਤੇ ਇਹ ਜਿਹੜਾ ਮਜੀਠੀਆ ਆ, ਪਹਿਲੀ ਗੱਲ ਆ, ਦੋ ਕੰਸਟੀਚੁਐਂਸੀ ਦੇ ਵਿੱਚ ਚੋਣਾਂ ਲੜਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਕੱਲ੍ਹ ਨੂੰ ਮੰਨ ਲਓ ਮਜੀਠੀਆ ਜਿੱਤ ਜਾਂਦਾ, ਇਹਨੇ ਆਪਣੀ ਕੰਸਟੀਚੁਐਂਸੀ ਫਿਰ ਆ ਰਹੇ ਦੁਬਾਰਾ ਇਲੈਕਸ਼ਨ ਫਿਰ ਹੋਣੀ ਆ, ਕਿ ਨੁਕਸਾਨ ਕਿਤੇ ਹੋਣਾ ਪਬਲਿਕ ਦਾ। ਇਹ ਜਿਹੜਾ ਬੰਦਾ ਆ, ਜੇ ਮੰਨ ਲਓ ਇਹ ਜਿੱਤ ਜਾਂਦਾ ਅਤੇ ਇਹ ਮਜੀਠੀਆ ਆ ਜਾਂਦਾ, ਅਤੇ ਇਹ ਉਹਨਾਂ ਦੋਵਾਂ ਦਾ ਸਿਆਸੀ ਭਵਿੱਖ ਜਿਹੜਾ ਆ ਇਹ ਚੋਣਾਂ ਨਿਰਧਾਰਨਗੀ ਹੈ ਅੰਮ੍ਰਿਤਸਰ ਪੂਰਬੀ ਵਾਲੀ ਜੀ, ਕਿ ਦੋਵਾਂ ਦਾ ਜਿਹਦੇ, ਕਿਉਂਕਿ ਦੋਵੇਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਮੇਨ ਸਮਝਦੇ ਆ, ਆਕੜ ਕਰਦੇ ਆ, ਹੰਕਾਰ ਨਾਲ ਬੋਲਦੇ ਆ,
ਤੇ ਪਾਰਟੀਆਂ ਨੇ ਵੀ ਕਿਹਾ ਇਹਨਾਂ ਦੋਹਾਂ ਦਾ ਕੋਈ ਇੱਕ ਦਾ ਲਾ ਹੀ ਦਿਓ ਹੰਕਾਰ। ਤੇ ਸੋ ਮਜੀਠੀਏ ਦਾ ਨਾਲ ਹੀ ਹਲਕਾ ਆ ਆਪਣਾ, ਕਿਉਂ ਮਾਝੇ ਦਾ ਜਰਨੈਲ ਆ, ਤੇ ਇਹਨੇ ਵੀ ਪਹਿਲਾਂ ਜਿਹੜਾ ਥੋੜ੍ਹਾ ਬਹੁਤਾ ਕੰਮ ਕਰਾਇਆ ਆ, ਵਿਕਾਸ ਕਰਾਇਆ ਹੋਇਆ, ਤੇ ਇਹਨੂੰ ਵੋਟਾਂ ਪੈ ਜਾਣਗੀਆਂ, ਅਦਰਵਾਈਜ਼ ਜਿਹੜਾ ਆ ਇਹਨਾਂ ਦਾ ਆਪਸ ਵਿੱਚ ਪੂਰੀ ਟੱਕਰ ਹੋਊਗੀ ਜੀ। ਤੇ ਇੱਕ ਨੂੰ ਫਿਰ ਸੀਟ ਜਿਹੜੀ ਆ ਉਹਨੂੰ ਜੇ ਮਜੀਠੀਆ ਜੇ ਦਾ ਉਹਨੂੰ ਛੱਡਣੀ ਪੈਣੀ, ਕਿਉਂਕਿ ਇਹਦੇ ਵਿੱਚ ਜਦੋਂ ਅੰਮ੍ਰਿਤਸਰ ਈਸਟ ਦੀ ਆਪਾਂ ਗੱਲ ਕਰਦੇ, ਉੱਥੋਂ ਜਿਹੜਾ ਸੰਯੁਕਤ ਸਮਾਜ ਮੋਰਚਾ ਉਹਨੇ ਸੁਖਜਿੰਦਰ ਸਿੰਘ ਮਾਹੂ ਉਹਨਾਂ ਨੂੰ ਉਤਾਰਿਆ ਆ, ਫਿਰ ਇਹ ਲੱਗਦਾ ਕਿ ਦੂਸਰੀ ਕਿਸੇ ਪਾਰਟੀ ਨੂੰ ਵੀ ਬੈਨੀਫਿਟ ਉੱਥੋਂ ਮਿਲ ਸਕਦਾ ਹੈ, ਜਦੋਂ ਇਹਨਾਂ ਦੋਨਾਂ ਦਾ ਅਕਸ ਉਮੀਦਵਾਰਾਂ ਦੀ ਵੋਟਰਾਂ ਦੀ ਨਜ਼ਰ ਦੇ ਵਿੱਚ ਸਹੀ ਨਹੀਂ। ਦੇਖੋ ਜੀ ਇਸ ਟਾਈਮ ਜਿਹੜਾ ਆ ਭਾਵੇਂ ਕਿਸਾਨ ਮੋਰਚਾ ਹੈ ਭਾਵੇਂ ਆਪ ਆ, ਵੇਵ ਹੈ ਨਹੀਂ ਕਿਸੇ ਦੀ। ਮੈਂ ਦਾਅਵੇ ਨਾਲ ਕਹਿੰਦਾ ਕਿਸੇ ਨੂੰ ਮੈਜੋਰਟੀ ਨਹੀਂ ਮਿਲਦੀ, ਕਿਸੇ ਪਾਰਟੀ ਨੂੰ ਮੈਜੋਰਟੀ ਨਹੀਂ ਮਿਲਣੀ। ਇੱਥੇ ਸਰਕਾਰ ਨੂੰ ਗੁਰਨੀ ਰਾਜ ਫੇਰ ਲਾਉਣਾ ਪੈਣਾ, ਫਿਰ ਥੋੜ੍ਹਾ 6-7 2 ਸਾਲ ਕੱਢ ਕੇ ਫਿਰ ਥੋੜ੍ਹੀ ਹੋਸ਼ ਆਊ ਤੇ ਫਿਰ ਇਹਨਾਂ ਨੇ ਇਲੈਕਸ਼ਨਾਂ ਫਿਰ ਦੁਬਾਰਾ ਲੜਨਗੇ, ਕਿਉਂਕਿ ਇੰਨੀਆਂ ਪਾਰਟੀਆਂ ਬਣ ਗਈਆਂ। ਇਹਨਾਂ ਜੇ ਜਿੱਤ ਗਏ ਤਾਂ ਇਹਨਾਂ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਹੀਂ ਕਿ ਜਿੱਦਾਂ ਦੀਆਂ ਇਹਨਾਂ ਦੀਆਂ ਕੜਤਰਾਂ ਪਈਆਂ। ਸੋ ਜੇਕਰ ਪਾਰਟੀ ਕੋਈ ਵੀ ਇੱਥੋਂ ਬਹੁਮਤ ਖੜਨੀ ਮੁਸ਼ਕਲ ਆ, ਰਾਸ਼ਟਰਪਤੀ ਰਾਜ ਲੱਗ ਜਾਣਾ, ਕਿਉਂਕਿ ਕਿਸਾਨਾਂ ਨੇ ਵਿੱਚ ਜਿਹੜੀ ਵੋਟ ਤੋੜਨੀ ਆ, ਰਾਸ਼ਟਰਪਤੀ ਰਾਜ ਦੀ ਜਦੋਂ ਆਪਾਂ ਗੱਲ ਕਰਦੇ, ਆਪਾਂ ਇਨ ਕੇਸ ਇੱਕ ਪਰਸੈਂਟ ਲੈ ਕੇ ਚੱਲਦੇ ਹਾਂ ਕਿ ਰਾਸ਼ਟਰਪਤੀ ਰਾਜ ਪੰਜਾਬ ਦੇ ਵਿੱਚ ਅਗਰ ਆਪਾਂ ਲੱਗਣ ਦੀ ਗੱਲ ਕਰਦੇ ਹਾਂ, ਕੀ ਲੱਗਦਾ ਪੰਗੂ ਸਾਹਿਬ ਕਿ ਉਹਦੇ ਨਾਲ ਪਬਲਿਕ ਦਾ ਕੋਈ ਨੁਕਸਾਨ ਹੋਣ ਦੀ ਕੋਈ ਗੁਜ਼ਾਇਸ਼ ਤਾਂ ਨਹੀਂ, ਜਿਹਨਾਂ ਦੀ ਉਮੀਦਾਂ ਸਰਕਾਰ ਤੋਂ ਹੁੰਦੀਆਂ ਕਿ ਸਰਕਾਰ ਮੈਡਮ ਜੀ ਜਿਹੜਾ ਚੋਣ ਕਮਿਸ਼ਨ ਖਰਚਾ ਕਰਨ ਦਿਆ ਅਫਸਰ ਨੂੰ ਕਾਰਾਂ ਦੇ ਕੇ ਭੇਜਣ ਦਿਆ, ਕਿੰਨਾ ਖਰਚਾ ਹੋ ਰਿਹਾ, ਇਹ ਕਿਹਦਾ ਹੋ ਰਿਹਾ? ਪਬਲਿਕ ਦਾ ਹੋ ਰਿਹਾ ਜੀ। ਤੇ ਪਬਲਿਕ ਨੂੰ ਮਿਲਿਆ ਫਿਰ ਕੁਝ ਨਹੀਂ, ਪਬਲਿਕ ਨੂੰ ਇਹ ਮਿਲ ਜਾਣਗੇ ਲੀਡਰ ਹਰੇ ਜਾਂ ਜਿੱਤੇ, ਕਠਾਣੇ ਤੱਕ ਜਾ ਕੇ ਛਡਾ ਲਓ ਤੇ ਫੜਾ ਲਓ, ਇੱਥੋਂ ਤੱਕ ਹੀ ਹੋਊਗਾ। ਸੋ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲੋਕਾਂ ਦੀਆਂ ਭਾਵਨਾ ਦੇ ਉੱਤੇ ਨਹੀਂ ਹੁੰਦਾ, ਉਹ ਸਾਡੇ ਨੁਮਾਇੰਦੇ ਜਿਹੜੇ ਆ ਉਹ ਇਲਾਕੇ ਦੀ ਜੇ ਨੁਮਾਇੰਦਗੀ ਕਰਦੇ ਆ, ਉਹਨਾਂ ਨੂੰ ਹਲਕੇ ਦੀਆਂ ਦੁੱਖ ਤਕਲੀਫਾਂ ਦਾ ਪਤਾ ਹੁੰਦਾ, ਤੇ ਇਸ ਕਰਕੇ ਇਹ ਚੋਣਾਂ ਦੇ ਵਿੱਚ ਪਾਰਟੀਆਂ ਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਕਿ ਜੇ ਤੁਸੀਂ ਨਾ ਜਿੱਤੇ ਨਾ ਤੁਹਾਡੀਆਂ ਜਿਹੜੀਆਂ ਮੈਜੋਰਟੀ ਹੋਈ ਤੇ ਇੱਥੇ ਗੁਰਨੀ ਰਾਜ ਰਹਿਣਾ। ਦੂਜੇ ਪਾਸੇ ਜਦੋਂ ਆਪਾਂ ਗੱਲ ਕਰਦੇ ਹਾਂ ਵਿਧਾਨ ਸਭਾ ਚੋਣਾਂ 2022 ਦੀਆਂ, ਇਸ ਵਾਰ ਬੜੇ ਅਲੱਗ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਇੱਥੇ ਹੋ ਰਹੀਆਂ ਨੇ, ਜਿੱਥੇ 2 ਦੀ ਜਗ੍ਹਾ 'ਤੇ ਪਾਰਟੀਆਂ ਵੀ ਇਸ ਵਾਰ 5-6 ਹੋ ਗਈਆਂ ਨੇ, ਉੱਥੇ ਵੋਟਰ ਜਿੱਥੇ ਕਨਫਿਊਜ਼ ਹੈ, ਪਲੱਸ ਨਾਲ ਥੋੜ੍ਹਾ ਜਿਹਾ ਜਾਗਰੂਕ ਵੀ ਹੈ, ਸੋਸ਼ਲ ਮੀਡੀਆ ਦਾ ਪ੍ਰਭਾਵ ਵੀ ਇਸ ਵਾਰ ਬਹੁਤ ਹੈ। ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਮੀਕਰਨ ਸਾਹਮਣੇ ਆਉਂਦੇ ਨੇ, ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਰਵੇਜ਼ ਆਉਂਦੇ ਨੇ, ਸਮੀਕਰਨ ਆਉਂਦੇ ਨੇ ਜਿਹ 'ਚ ਦਿਖਾਇਆ ਜਾਂਦਾ ਕਿ ਫਲਾਨਾ ਉਮੀਦਵਾਰ ਲੀਡ ਲੈ ਗਿਆ ਜੀ, ਕਾਂਗਰਸ ਦਾ ਬੰਦਾ ਅੱਗੇ ਚਲੇ ਗਿਆ, ਹੁਣ ਕੈਂਟ ਤੋਂ ਫਲਾਨਾ ਬੰਦਾ ਚਲੇ ਗਿਆ, ਅੰਮ੍ਰਿਤਸਰ ਤੋਂ ਫਲਾਨਾ ਬੰਦਾ ਅੱਗੇ ਆ ਰਿਹਾ, ਲੰਬੀ ਤੋਂ ਪੂਰਾ ਪ੍ਰਭਾਵ ਹੈ ਬਾਦਲ ਸਾਹਿਬ ਦਾ, ਧੂਰੀ ਤੋਂ ਤਾਂ ਬੱਲੇ ਬੱਲੇ ਹੈ ਜੀ ਭਗਵੰਤ ਮਾਨ ਦੀ, ਇਹ ਜਿਹੜੀਆਂ ਗੱਲਾਂ ਬਾਹਰ ਆਉਂਦੀਆਂ ਆ ਇਹ ਕਿੰਨਾ ਕੁ ਪ੍ਰਭਾਵ ਪਾਉਂਦੀਆਂ ਲੋਕਾਂ ਦੀ ਮਾਨਸਿਕਤਾ ਦੇ ਉੱਤੇ? ਕੀ ਇਹਨਾਂ ਨੂੰ ਸੁਣ ਕੇ ਜਾਣ ਕੇ ਸਾਡਾ ਵੋਟਰ ਇਹ ਡਿਸਾਈਡ ਕਰੇਗਾ ਕਿ ਉਹਨਾਂ ਨੇ ਕਿਸ ਪਾਰਟੀ ਦੇ ਵੱਲ ਜਾਣਾ ਹੈ? ਦੇਖੋ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਦਾ ਸਾਰੀਆਂ ਗੱਲਾਂ ਦਾ, ਪਰ ਉਹ ਸੱਚੀਆਂ ਨਹੀਂ ਆਪਾਂ ਕਹਿ ਸਕਦੇ ਜੀ। ਹੁਣ ਤੁਸੀਂ ਇਹ ਚੰਨੀ ਦੀ ਗੱਲ ਕੀਤੀ ਆ, ਸੋਸ਼ਲ ਮੀਡੀਆ ਤੋਂ ਸਾਨੂੰ ਸਰਵੇ ਜਿਹਾ ਦੱਸਿਆ ਮਾੜਾ ਜਿਹਾ ਅਤੇ ਅਸੀਂ ਇਹ ਗੱਲ ਕਰ ਦਿੱਤੀ ਆ, ਪਰ ਕੀ ਆ ਕਿ ਇਹ ਜਿਹੜਾ ਆ ਹੁਣ ਜਿਹੜਾ ਆ ਵੋਟਰ ਜਿਹੜਾ ਆ ਉਹ ਬਹੁਤ ਸਿਆਣਾ ਹੋ ਗਿਆ, ਉਹ ਵੋਟ ਆ ਵੀ ਪਾਉਣੀ ਕਿੱਥੋਂ ਦੱਸਦਾ ਕਿ ਪਾਉਣੀ ਕਿਹਨੂੰ ਕਿਹਨੂੰ ਪਾਉਣੀ ਆ ਉਹ ਨਹੀਂ ਦੱਸ ਰਿਹਾ। ਦੂਜਾ ਪਰਿਵਾਰ ਦੇ 5-7 ਵੋਟਾਂ ਉਹ ਆਪਾਂ ਕਹਿ ਨਹੀਂ ਸਕਦੇ ਇੱਕ ਥਾਂ 'ਤੇ ਪੈਣੀਆਂ, ਜਿਹੜੇ ਸਿਆਸੀ ਪੰਡਿਤ ਆ ਉਹਨਾਂ ਵਾਸਤੇ ਵੀ ਔਖਾ ਹੋ ਗਿਆ। ਦੂਜੀ ਵੱਡੀ ਗੱਲ ਆ ਕਿ ਲੀਡਰ ਜਿਹੜੇ ਆ, ਮੈਂ ਸਰਦਾਰ ਪ੍ਰਕਾਸ਼ ਸਿੰਘ ਦੀ ਸੁਖਬੀਰ ਸਿੰਘ ਬਾਦਲ ਦੀ ਇੰਟਰਵਿਊ ਸੁਣ ਰਿਹਾ ਸੀ ਜੀ, ਉਹ ਕਹਿੰਦਾ ਕੋਈ ਮਜ਼ਾ ਨਹੀਂ ਆ ਰਿਹਾ ਇਲੈਕਸ਼ਨ ਦਾ, ਮਜ਼ਾ ਹੀ ਨਹੀਂ ਆ ਰਿਹਾ ਕਿ ਸਾਨੂੰ ਚਾਹੀਦੀਆਂ ਲੱਖਾਂ ਦੀ ਭੀੜ 'ਤੇ ਅਸੀਂ ਰੈਲੀਆਂ ਕਰਦੇ ਅਤੇ ਹੁਣ 5-5 ਜਿੱਦਾਂ 35 ਸਰਪੰਚ ਦੀਆਂ ਚੋਣਾਂ ਲੜਨੀਆਂ ਉਹ ਲੜਨ ਰਹੇ ਹਾਂ। ਅਤੇ ਸੋ ਕਹਿਣ ਤੋਂ ਭਾਵ ਆ ਇਹ ਬਹੁਤ ਬਦਲਾਅ ਆ ਕਿ ਇਹਨਾਂ ਨੂੰ ਘਰ ਘਰ ਮੰਗਣਾ ਪੈ ਗਿਆ, ਨਹੀਂ ਤਾਂ ਰੈਲੀਆਂ ਕਰਕੇ ਚੱਲ ਜਾਂਦੇ। ਜਦੋਂ ਹੁਣ ਆਪਾਂ ਲੋਕਾਂ ਦੀ ਇੱਕ ਪਿਛਲੀ ਮਾਨਸਿਕਤਾ ਦੀ ਗੱਲ ਕਰਦੇ ਹਾਂ, ਪਹਿਲਾਂ ਕੀ ਸੀਗਾ ਕਿ ਸ਼ਰੇਆਮ ਜਦੋਂ ਚੋਣਾਂ ਅਨਾਊਂਸ ਹੋ ਜਾਂਦੀਆਂ ਸੀਗੀਆਂ ਤਾਂ ਉਦੋਂ ਇਹ ਲੋਕ ਪੈਸਾ ਵੰਡਣ ਵੱਲ ਲੱਗ ਜਾਂਦੇ ਸੀਗੇ, ਨਸ਼ਾ ਵੰਡਣ ਵੱਲ ਲੱਗ ਜਾਂਦੇ ਸੀਗੇ। ਇਸ ਵਾਰ ਪੰਗੂ ਸਾਹਿਬ ਕੀ ਲੱਗਦਾ, ਥੋੜ੍ਹਾ ਜਿਹਾ ਇਹ ਸ਼ਾਇਦ ਅਵੇਅਰਨੈਸ ਆਈ? ਆਪਾਂ ਜਦੋਂ ਪਿੰਡਾਂ ਦੀ ਖਾਸ ਕਰਕੇ ਇਲਾਕਿਆਂ ਦੀ ਗੱਲ ਕਰਦੇ, ਉਹ ਇਲਾਕੇ ਸਾਡੇ ਜ਼ਿਆਦਾ ਬਦਨਾਮ ਹੁੰਦੇ ਆ ਕਿ ਪਿੰਡਾਂ 'ਚ ਸ਼ਾਇਦ ਇਹ ਸਿਆਸੀ ਪਾਰਟੀਆਂ ਜ਼ਿਆਦਾ ਇਹਨਾਂ ਚੀਜ਼ਾਂ ਦਾ ਲੰਗਰ ਲਾਉਂਦੀਆਂ, ਪਰ ਇਸ ਵਾਰ ਸਾਨੂੰ ਲੱਗ ਰਿਹਾ ਕਿ ਲੋਕ ਥੋੜ੍ਹਾ ਜਿਹਾ ਇਸ ਚੀਜ਼ੋਂ ਵੀ ਕੰਨੀ ਕਤਰਾ ਰਹੇ? ਨਹੀਂ ਜੀ ਨਹੀਂ ਜੀ, ਕਿ ਦੇਖੋ ਇੱਕ ਤਾਂ ਕੋਵਿਡ-19 ਦੇ ਝੰਬੇ ਆ, ਲੋਕ ਬੇਰੁਜ਼ਗਾਰ ਆ, ਮਹਿੰਗਾਈ ਜ਼ਿਆਦੀ ਆ, ਲੋਕਾਂ ਦੀ ਇਹ ਟੈਂਡੈਂਸੀ ਬਣ ਗਈ ਆ ਕਿ ਇਹਨਾਂ ਕੋਲ ਜੋ ਆਉਂਦਾ ਲਈ ਜਾਓ, ਕਈ ਤਾਂ ਦੋਵੇਂ ਬੰਨੋਂ ਲੈ ਵੋਟ, ਤੈਨੂੰ ਪਤਾ ਦੋਵੇਂ ਬੰਨੋਂ ਲਈ ਜਾ ਰਹੇ ਆ, ਉਹਨਾਂ ਨੇ ਨਹੀਂ ਮਾਫ਼ ਕਰਨਾ ਉਹ ਵੋਟਰਾਂ ਨੇ, ਇਹਨਾਂ ਕਹਿੰਦਾ ਇਹਨਾਂ ਨੇ 5 ਸਾਲ ਖਾਣਾ, ਅੱਜ ਇਹਨਾਂ ਦੇ ਕੋਲੋਂ ਖਾ ਲਓ, ਉਹ ਕੋਈ ਘਰ ਨਹੀਂ। ਹਾਂ ਅਸੀਂ ਇਹ ਗੱਲ ਕਹਿੰਦੇ ਹਾਂ ਇਹਨਾਂ ਕੋਲ ਪੈਸੇ, ਮੈਂ ਨਹੀਂ ਕਹਿੰਦਾ ਲਓ ਜੀ,
ਮਤਲਬ ਜਿਹੜੇ ਵੋਟਰ ਆ ਉਹਨਾਂ ਦੀ ਟੈਂਡੈਂਸੀ ਇਹ ਆ। ਨਸ਼ਿਆਂ ਦੀ ਆਪਾਂ ਨਸ਼ੇ ਦੀ ਖਾਸ ਕਰਕੇ ਮੈਨੂੰ ਲੱਗਦਾ ਕਿ ਨਸ਼ੇ ਦੀ ਗੱਲ 'ਤੇ ਮੈਂ ਜ਼ਿਆਦਾ ਤੁਹਾਨੂੰ ਲਿਆਉਣਾ ਚਾਹੁੰਦੀ ਸੀਗੀ ਕਿ ਨਸ਼ੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅੱਜ ਵੀ ਇਹਨਾਂ ਲੋਕਾਂ ਨੂੰ ਇੱਦਾਂ ਕਿਉਂ ਲੱਗਦਾ ਕਿ ਜਿਹੜਾ ਸਾਡਾ ਵੋਟਰ ਆ ਉਹ ਅੱਜ ਵੀ ਸਾਡੇ ਵੱਲ ਇਹ ਕਿਸੇ ਕੰਮ ਨੂੰ ਲੈ ਕੇ ਝਾਕ ਨਹੀਂ ਰੱਖਦਾ, ਕੋਈ ਰੁਜ਼ਗਾਰ ਦੀ ਮੰਗ ਨਹੀਂ ਕਰਦਾ, ਹਸਪਤਾਲ ਦੀ ਮੰਗ ਨਹੀਂ ਕਰਦਾ, ਕਿਸੇ ਸਨਅਤ ਲਾਉਣ ਦੀ ਕਿਤੇ ਗੱਲ ਨਹੀਂ ਕਰਦਾ, ਉਹ ਗੱਲ ਕਰਦਾ ਤਾਂ ਸਿਰਫ ਅਤੇ ਸਿਰਫ ਆਪਣੇ ਨਸ਼ਾ। ਉਹਦੇ ਘਰ 'ਚ 4-10 ਕਿਲੋ ਅਸੀਂ ਚੌਲ ਦੇ ਦਿੱਤੇ, ਕਣਕ ਦੇ ਦਿੱਤੀ, ਦਾਲਾਂ ਸੁੱਟ ਦਿੱਤੀਆਂ ਅਤੇ ਚਲੋ ਇੰਨੇ ਦੇ ਵਿੱਚ ਸਰ ਜਾਂਦਾ ਆ। ਇਹ ਜਿਹੜੀ ਮਾਨਸਿਕਤਾ ਸਾਡੇ ਲੀਡਰਾਂ ਦੀ, ਹਾਲਾਂਕਿ ਲੋਕਾਂ ਦੇ ਮਨ 'ਚ ਸ਼ਾਇਦ ਬਦਲਾਅ ਇਸ ਵਾਰ ਦੇਖਣ ਨੂੰ ਮਿਲ ਰਿਹਾ ਜਾਂ ਲੋਕ ਵੀ ਇਸੇ ਤਰੀਕੇ ਨਾਲ ਸੋਚ ਰਹੇ ਅਤੇ ਪਾਰਟੀਆਂ ਵੀ ਉਸੇ ਤਰੀਕੇ ਨਾਲ ਇਹਨਾਂ ਨੂੰ ਲੈ ਰਹੀਆਂ। ਮੈਂ ਪਿਛਲੇ ਆਪਾਂ ਭਾਗ ਦੇ ਮੁੱਦੇ 'ਚ ਮੈਂ ਗੱਲ ਕਹੀ ਕਿ ਇਹਨਾਂ ਦੇ ਦਿਮਾਗ ਬੜੇ ਚਤਰ ਆ, ਇਹ ਉਹਦੀ ਮੰਗ ਦੇ ਅਨੁਸਾਰ ਕੰਮ ਕਰਦੇ ਆ ਕਿ ਉਹ ਜਿਹੜੇ ਆ ਬੋਤਲਾਂ ਸੁੱਟੋ। ਹੁਣ ਮੰਨ ਲਓ ਕਿ ਇਹਨਾਂ ਵੋਟਾਂ ਖਰੀਦਣ ਜਾਣਾ, ਉਹਦੇ ਕੋਲ ਪੇਟੀ ਫੜਾ ਆਉਂਦੇ, ਉਹ ਤਾਂ ਜੇ ਨਹੀਂ ਵੀ ਲੱਗਾ ਫਿਰ ਵੀ ਲੱਗ ਜੂਗਾ, ਜੇ ਭੁੱਕੀ ਦੇ ਕੇ ਆਉਂਦੇ ਆ ਉਹ ਵੀ ਚੰਗਾ ਗੱਫਾ ਜਿਹਾ ਦੇ ਕੇ ਆਉਂਦੇ ਲੱਗਾ ਰਹੀ ਹੋਣ, ਜੇ ਕੱਚਿਆਂ ਤਾਂ ਪੱਕਾ ਹੋ ਜਾਏਗਾ। ਮਤਲਬ ਇਹ ਜਿਹੜੀ ਲੋਕ ਜਿਹੜੇ ਆ, ਮੈਨੂੰ ਤਾਂ ਕੋਈ ਦੇਖਦਾ ਕਿ ਇਹਨੂੰ ਕੋਈ ਮੈਨੂੰ ਚੀਜ਼ ਨਾ ਦਿਓ, ਨਾ ਦਿੰਦਾ ਇਹਨਾਂ ਨੂੰ। ਮਤਲਬ ਕੋਈ ਵੀ ਵੋਟਰ ਇੱਦਾਂ ਦਾ ਨਹੀਂ, ਕੋਈ ਘਰ ਨਹੀਂ ਜਿਹੜਾ ਨਸ਼ੇ ਖਾਂਦਾ ਆ। ਉਹ ਤਾਂ ਵਾਜਾਂ ਮਾਰ ਕਿੱਦਾਂ, ਮੈਂ ਮੇਰੇ ਪਿੰਡ ਦੀ ਸਰਪੰਚ ਸੀ, ਉਹ 5-7 ਇੱਦਾਂ ਦੇ ਸੀ, 4 ਸਰਪੰਚ ਖੜੇ ਹੋ ਗਏ, ਉਹ ਇੱਕ ਚੌਂ ਦੇ ਕੋਲ ਪੀ ਆਉਂਦੇ। ਹੁਣ ਦੱਸੋ ਇਹਦੇ ਕਸੂਰ ਕਿਹਦਾ ਹੋਇਆ? ਜਾਂ ਤਾਂ ਤੁਸੀਂ ਇੱਕ ਨੂੰ ਵੋਟ ਪਾਉਣੀ, ਜੇ ਜਦੋਂ ਪੀ ਕੇ ਜਾਣਾ ਦੂਜੇ ਉਹਨੂੰ ਗਾਲਾਂ ਕੱਢਦੇ ਅਗਲੇ 'ਚ ਘਰ ਚੱਲ ਜਾਣ। ਹੁਣ ਇਹ ਸਾਡੇ ਵੋਟਰਾਂ ਦੀ ਟੈਂਡੈਂਸੀ ਆ ਕਿ ਅਸੀਂ ਆਪ ਹੀ ਚਾਹੁੰਦੇ ਹਾਂ ਕਿ ਇੱਦਾਂ ਦਾ ਸਾਨੂੰ ਆਈ ਜਾਵੇ ਅਤੇ ਬਸ ਜਿਹੜਾ 1-15 ਦਿਨ ਲੰਘਣੇ ਸੌਖੇ ਲੰਘ ਜਾਣ ਸਾਡੇ। ਕਿਉਂਕਿ ਜਦੋਂ ਅਸੀਂ ਵੋਟਰਾਂ ਦੀ ਮਾਨਸਿਕਤਾ ਦੀ ਵੀ ਗੱਲ ਕਰਦੇ ਹਾਂ, ਸੋ ਵੋਟਰਾਂ ਦੇ ਜਦੋਂ ਹੱਥ ਗੇਂਦ ਆਉਂਦੀ ਹੈ ਤਾਂ ਉਹ ਕਹਿੰਦੇ ਵੀ ਮੈਂ ਇਸ ਗੇਂਦ ਨੂੰ ਭੜਕਾਣਾ ਸਭ ਤੋਂ ਜ਼ਿਆਦਾ ਕਿਉਂਕਿ ਮੇਰੇ ਹੱਥ 'ਚ ਗੇਂਦ ਆਈ ਹੈ। ਅਤੇ ਜਦੋਂ ਉਹੀ ਵੋਟਰ ਨਾਂ ਦੀ ਗੇਂਦ ਲੀਡਰਾਂ ਦੇ ਹੱਥਾਂ 'ਚ ਚਲੇ ਜਾਂਦੀ ਹੈ ਤਾਂ ਫਿਰ ਉਹ ਸਾਨੂੰ ਭੜਕਾਉਂਦੇ ਅਗਲੇ 5 ਸਾਲ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਲੋਕਾਂ ਦੀ ਜਾਗਰੂਕਤਾ ਨੂੰ ਲੈ ਕੇ ਜਾਂ ਲੋਕ ਆਪਣੇ ਆਪਣਾ ਮਾਇੰਡ ਸੈੱਟ ਕਦੋਂ ਚੇਂਜ ਕਰਨਗੇ, ਕੀ ਤੁਹਾਨੂੰ ਲੱਗਦਾ ਕਿ ਜਿਹੜੀ ਇਹ ਸਿਆਸਤ ਹੈ ਇਹਦੇ ਵਿੱਚ ਲੀਡਰ ਅਤੇ ਲੋਕ ਇਕੱਠੇ ਆਪਣਾ ਮਾਇੰਡ ਸੈੱਟ ਚੇਂਜ ਕਰਨਗੇ ਤਾਂ ਗੱਲ ਬਣੂਗੀ, ਅਤੇ ਜਾਂ ਫਿਰ ਇੱਕ ਨੂੰ ਪਹਿਲਾਂ ਲਗਾਮ ਇਹਦੀ ਖਿੱਚਣੀ ਪਊਗੀ, ਚੱਕਣੀ ਪਊਗੀ? ਦੇਖੋ ਜੀ, ਜਿਹੜਾ ਵੋਟਰ ਆ ਵੋਟਰ ਦਾ ਕਸੂਰ ਨਹੀਂ, ਵੋਟਰ ਨੇ ਲੀਡਰ ਨੂੰ ਚੁਣ ਲਿਆ, MLA ਚੁਣ ਲਿਆ, ਉਹਦੇ ਕੰਮ ਜਿਹੜੇ ਹੋਏ 0 ਜੀ, ਨੈਗੇਟਿਵ ਹੋਏ। ਤੁਸੀਂ ਮੈਂ 2-4 ਕੰਮ ਇੱਦਾਂ ਦੇ, ਆਹ ਅਵਾਰਾ ਕੁੱਤੇ ਆ, ਸਰਕਾਰ ਦਾ ਕਿੰਨਾ ਖਰਚਾ ਚੁੱਕਦੀ, ਇਹਨਾਂ ਨੇ ਉਹ ਨਹੀਂ ਕੀਤਾ। ਅਵਾਰਾ ਡੰਗਰ ਆ। ਤੁਸੀਂ ਦੇਖੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਖਤਰੇ 'ਚ ਆ, ਅੱਜ ਮੰਨਦੇ ਆਪਾਂ ਸਾਰੇ ਜੀ। ਸਾਡੇ ਪੰਜਾਬੀ ਮਾਂ ਬੋਲੀ ਜਿਹੜੀ ਸੀ, ਇੱਥੇ ਗਿਆਨੀ ਇੱਕ ਕਲਾਸ ਹੁੰਦੀ ਸੀ, ਗਿਆਨੀ ਟੀਚਰ ਹੁੰਦੇ, ਇਹਨਾਂ ਗਿਆਨੀ ਬੰਦ ਕਰ ਦਿੱਤੀ। ਉਹ ਤੁਸੀਂ ਇਹ ਪੰਜਾਬੀ ਨੂੰ ਤਾਂ ਜਾਗਦੇ ਰੱਖਿਆ, ਗਿਆਨੀ ਜਿਹੜੀ ਕੋਰਸ ਸੀ ਉਹ ਬੱਚਿਆਂ ਨੂੰ ਕਿਉਂ ਤੋੜਿਆ ਤੁਸੀਂ? ਪੰਜਾਬੀ ਦਾ ਨੁਕਸਾਨ ਤਾਂ ਹੀ ਹੋਇਆ। ਫਿਰ ਵਾਤਾਵਰਨ ਦੇ ਦਰਖਤ ਲਾਉਣ 'ਤੇ ਕਿੰਨਾ ਖਰਚਾ, ਸੁੱਕੇ ਦਰਖਤ ਆ ਕੰਢਿਆਂ 'ਤੇ ਉਹ ਵੱਢਦੇ ਨਹੀਂ, ਮਤਲਬ ਇੰਨਾ ਕੋਈ ਖਰਚਾ ਹੈਗਾ? ਆਪਾਂ ਪੈਸੇ ਦੀ, ਜਿਹੜੇ ਪੈਸੇ ਤੋਂ ਬਿਨਾਂ ਕੰਮ ਹੀ ਹੋਣੇ ਉਹ ਵੀ ਨਹੀਂ ਕਰਦੇ ਜੀ, ਅਤੇ ਜਿਹੜੇ ਪੈਸੇ ਆਉਂਦੇ ਆ ਸਰਕਾਰ ਦੇ ਕੋਲ ਉਹ ਇਹਨਾਂ ਦਾ ਆਪਣਾ ਹੀ ਦਾਲ ਫੁਲਕਾ ਚੱਲਦਾ, ਅਤੇ ਪਬਲਿਕ ਦਾ ਕੋਈ ਨਹੀਂ ਸੋਚਦੇ। ਇਸ ਕਰਕੇ ਸਮੇਂ ਦੀ ਲੋੜ ਆ ਕਿ ਜਿਹੜਾ ਲੀਡਰ ਵੀ ਚੰਗਾ ਹੋਵੇ, ਅਤੇ ਚੰਗੇ ਲੀਡਰ ਨੂੰ ਮੇਰੇ ਹਿਸਾਬ ਨਾਲ ਵੋਟਰ ਜਿਹੜੇ ਆ ਨਹੀਂ ਕੁਝ ਲੈਣਗੇ। ਜਦੋਂ ਅਸੀਂ ਜਾਂਦੇ ਜਾਂਦੇ ਵਿਧਾਨ ਸਭਾ ਚੋਣਾਂ 2022 ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਿਆਸਤ ਦੇ ਪੱਖ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਵੋਟਰਾਂ ਦੇ ਪੱਖ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਦੋਂ ਅਸੀਂ ਗੱਲ ਇੱਕ ਪੱਖ ਉਹ ਵੀ ਆਉਂਦਾ ਜਦੋਂ ਮੀਡੀਆ ਦੀ ਆਪਾਂ ਗੱਲ ਕਰਦੇ ਹਾਂ। ਮੀਡੀਆ ਦੇ ਜਦੋਂ ਆਪਾਂ ਰੋਲ ਦੀ ਗੱਲ ਕਰਦੇ ਹਾਂ, ਕੀ ਰੋਲ ਨਿਭਾ ਰਿਹਾ ਹੁਣ ਤੱਕ ਮੀਡੀਆ, ਕਿਸ ਤਰ੍ਹਾਂ ਦੀਆਂ ਰਿਪੋਰਟਾਂ, ਜਿੱਦਾਂ ਹੁਣ ਵੀ ਜਦੋਂ ਅਸੀਂ ਬੈਠੇ ਹਾਂ ਸਟੂਡੀਓ 'ਚ, ਵਾਰ ਵਾਰ ਖਬਰਾਂ ਸਾਹਮਣੇ ਆਉਂਦੀਆਂ, ਅੱਧੇ ਅੱਧੇ ਸੈਕਿੰਡ ਦੀ ਖਬਰ ਜਿਹੜੀ ਸਾਡੇ ਕੋਲ ਪਹੁੰਚਾ ਦਿੱਤੀ ਜਾਂਦੀ ਹੈ। ਹੁਣ ਕਈ ਵਾਰੀ ਇਹ ਹੁੰਦਾ ਕੀ ਹੈ ਕਿ ਕਈ ਵਾਰ ਤਾਂ ਖਬਰ ਸੱਚੀ ਹੁੰਦੀ ਹੈ, ਕਈ ਵਾਰੀ ਕੀ ਹੁੰਦਾ 10 ਮਿੰਟ ਬਾਅਦ ਸਾਨੂੰ ਕਿਸੇ ਹੋਰ ਜਗ੍ਹਾ ਤੋਂ ਪਤਾ ਲੱਗਦਾ ਕਿ ਹਰੇਕ ਖਬਰ ਨੂੰ ਪਹਿਲਾਂ ਪੋਸਟ ਕਰਨ ਦੇ ਚੱਕਰ 'ਚ, ਆਪਣੇ ਮੰਤਰੀ ਖੁਸ਼ ਕਰਨ ਦੇ ਚੱਕਰ 'ਚ ਇਹਨਾਂ ਨੇ ਖਬਰ ਤਾਂ ਫਟਾਫਟ ਭੇਜ ਦਿੱਤੀ, ਬਾਅਦ ਵਿੱਚ ਉਹਦਾ ਕੋਈ ਆਥੋਰਾਈਜ਼ ਔਥੈਂਟਿਕ ਖਬਰ ਨਹੀਂ ਸੀ, ਉਹ ਪ੍ਰਮਾਣਿਤ ਖਬਰ ਨਹੀਂ ਸੀਗੀ। ਮੀਡੀਆ ਦਾ ਰੋਲ ਜਦੋਂ ਆਪਾਂ ਚੋਣਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਮੀਡੀਆ ਦਾ ਰੋਲ ਕਿੱਦਾਂ ਦਾ? ਦੇਖੋ ਜੀ, ਮੀਡੀਆ ਨੇ ਹੀ ਸਾਨੂੰ ਜਾਗਰਤ ਕੀਤਾ ਕਿ ਆਪਾਂ TV ਦੇਖਦੇ ਹਾਂ। ਮੀਡੀਆ ਦੀ ਵੀ ਇੱਕ ਪ੍ਰੋਬਲਮ, ਖਾਸ ਸਮੱਸਿਆ ਜਿਹੜੀ ਮੀਡੀਆ ਵਾਸਤੇ, ਜਮਾਂ ਅਖਬਾਰ ਦੀ ਲਾ ਲਓ ਜਾਂ ਚੈਨਲ ਦੀ ਲਾ ਲਓ, ਉੱਥੇ ਜਿਹੜਾ ਖਰਚਾ ਆਉਂਦਾ ਉਹ ਐਡ ਜਿਹੜੀ ਉੱਥੇ ਜ਼ਰੂਰੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਅਸੀਂ ਸਪਲੀਮੈਂਟ ਕੱਢਣਾ 1.5-2 ਲੱਖ ਰੁਪਈਆ ਜਿਹੜਾ ਹਰ ਸਾਲ ਬਾਅਦ ਦੇਣਾ ਪੈਣਾ, ਉਹ ਫਿਰ ਜਦੋਂ ਪੱਤਰਕਾਰ ਨੂੰ ਮਜਬੂਰ ਹੋ ਕੇ ਉਹਦਾ ਬਿਆਨ ਬਿਊਨ ਲਾਉਣੇ ਪੈਣੇ, ਫੋਟੋ ਲਾਉਣੀ ਪੈਣੀ ਆ, ਸਭ ਕੁਝ ਕਰਨਾ ਪੈਣਾ। ਮਤਲਬ ਇੱਥੇ ਆ ਕੇ ਜਿਹੜਾ ਮੀਡੀਆ ਮਜਬੂਰ ਆ, ਜੇ ਸਰਕਾਰਾਂ ਜਿਹੜੀਆਂ ਆ, ਇਹ ਤੁਸੀਂ ਰੋਲ ਦੀ ਗੱਲ ਕੀਤੀ ਆ, ਰੋਲ ਬਹੁਤ ਵਧੀਆ ਨਿਭਾਇਆ। ਆਹ ਸੋਸ਼ਲ ਮੀਡੀਆ ਨੇ ਥੋੜ੍ਹਾ ਜਿਹਾ ਤਿਲਕਣਬਾਜ਼ੀ 'ਚ ਲਿਆਂਦਾ ਆ, ਨਹੀਂ ਤਾਂ ਜਿੰਨੀਆਂ ਅਖਬਾਰਾਂ ਜ਼ਿੰਮੇਵਾਰ ਅਖਬਾਰਾਂ ਆ, ਅਤੇ ਹਾਂ ਇਹ ਲਾਈ ਜਾ ਸਕਦੀਆਂ ਇੱਕ ਪਾਸੇ ਪਾਸਾ ਰੱਖਦੇ, ਪਰ ਫਿਰ ਵੀ
पैंठ पैंती का जो हिसाब था वह भी रख दिया जी। सो कोशिश की कि हुण तक दे जिहड़ियां सियासी दे विच सियासी समीकरण ने की कुछ कहिंदे ने पिछले दो चार दिन दे विच की कुछ वापर रहा राजनीति दे विच विधानसभा चोणां 2022 नूं लैके वह लाइव अपडेट्स तुहाडे सामने लियांदियां जाण बलिंदर सिंह पंगू जी दे नाल मिलके। सो हुण समा हो रहा जी इस प्रोग्राम नूं रोकण दा विराम देण दा क्योंकि सानूं समा इजाजत नहीं दे रहा। सो अगले हफ्ते फिर दुबारा मिलांगे इस प्रोग्राम दे नाल। अगले हफ्ते दे सियासी समीकरण सानूं की कहिंदे ने की नवां वापर रहा ते किस तरीके दे नाल उम्मीदवार दे नाम बाहर आ रहे ने। सीएम दा वड्डा चेहरा कांग्रेस दे वल्लों जिहदा लंबे समय तों इंतजार किया जा रहा उहदी भी ऐलान जिहड़ा हुण जल्दी ही होण जा रहा उहदे बारे भी गलबात करांगे। पंगू साहब अज दे इस खास लाइव प्रोग्राम दे नाल जुड़न लई स्टूडियो च पहुंचण लई तुहाडा बहुत बहुत धन्यवाद। साडे दर्शकां दा भी बहुत बहुत धन्यवाद। फॉर मोर अपडेट्स डाउनलोड 51 टीवी ऐप फ्री ऑन रोकू टिकरी टीवी गूगल प्ले स्टोर iOS। लाइक फॉलो एंड शेयर अवर फेसबुक पेज यूट्यूब चैनल भी सब्सक्राइब कर सकते हो।